ਜਗਤ ਜੋਤੇ ਜਪੈ ਨਿਸਬਾ ਸੁਰ ਜਗਤ ਜੋਤੇ ਜਪੈ ਨਿਸਬਾ ਸੁਰ ਯੋ ਹੇ أعوذ بالله من الشيطان الرجيم بسم الله الرحمن الرحيم رب المشرقين ورب المغربين فبأي آلاء مرج البحرين يلتقيان بينهما برزخ الله يبغيان فبأي آلام يخرج منهما الغلو والمرجان

मियाँ अब्दुल्ला भट्टी साहब की कब्र के ऊपर खुल गए आलमरूफ जिसको बट कहते हैं तो मुक़दस है। बुलंद बुलंदाबाद में तुल पढ़ें सल अया यार सोला या हे भल्ला आखें सोने नी

ਆਗਾ ਤੇਰੀ ਨਾਵੈ ਦਮ ਦਮ ਨਾਲ ਜ਼ਿਕਰ ਕਰਾਂ ਮੈਂ ਆਗਾ ਤੇਰੀ ਆਸ਼ਾਨਾਂ ਦਾ ਤੇਰੇ ਨਾਮ तो बार देवा मेरी उम्र होवे या रसूल अल्लाह आकया ਹਬੀਬ ਅੱਲਾ ਤੇਰੇ ਨਾਮ ਤੋਂ ਵਾਰ ਦੇਵਾ ਜਿਨ ਮੇਰੀ ਉਮਰ ਹੋਵੇ ਨਾਨੀ ਰਵਗਾਇਆ ਬਣਦੀ ਏ ਨਾ ਦੁੱਖ ਨੇ ਸੁਨਾਇਆ ਬਣਦੀ ਏ ਮਹਬੂਬਾਂ ਦਾ ਮਹਬੂਬਾਂ ਗੱਲ ਤੇਰੇ ਬਣਾਇਆ ਬਣਦੀ ਏ ਤੇਰੇ ਨਾਮ ਤੋਂ ਵਾਰ ਦੇਵਾ ਜਿੰਨੇ ਮੇਰੀ

ਮਨ ਸਾਹ ਸੋਣੇ ਦੇ ਦਿਲ ਫਿਰ ਵੀ ਕਰਦਾ ਹੈ ਤੇ ਬਾਦ ਸਫਰ ਹੋਵੇ ਅੱਖ ਸੁਣੇ ਨੂੰ ਵਾਈ ਨਹੀਂ ਜੇ ਤੇਰਾ ਗੁਜ਼ਰੋ ਮਾਸ਼ੱਲਾ ਜੀ ਮਾਸ਼ੱਲਾ ਇਸ پاک ਰੂਹ ਦੇ ਦਰبار تے ہوئے ہاں ਸਾਡੀ سب تو پہلا تے اپنی پنجاب سرکار نو بڑے عرصے دی ایک مانگ ہے کہ ایتھے ایک مکمل دربار شریف دی شکل او دتی جائے اے مقامی جڑے بھی انتظامیہ قبرستان دی اگرچہ محکمہ نے ادھا نوٹیفیکیشن انی کی جگہ دا جڑا او ٹائمرلے دا کیتا ہے لیکن ਨਜ਼ਰ ਅੰਦਾਜ਼ ਕੀਤਾ ਗਿਆ ਜਿਸ ਦੀ ਵਜ੍ਹਾ ਤੋਂ ਲੋਕਾਂ ਨੂੰ ਮੌਕਾ ਮਿਲਿਆ ਹੈ ਜਾਂ ਮਿਲ ਮਲਾ ਕਰਕੇ ਦੂਸਰੀਆਂ ਕਬਰਾਂ ਅਗਰ ਜਿਹਾ ਜੀ ਹਰੇਕ ਦਾ ਇhtਰਾਮ ਕਰਨੇ ਆ ਜਿਹੜਾ ਮੁਸਲਮਾਨ ਗੁਜ਼ਰ ਗਿਆ ਉਹਦੇ ਵੀ ਆ ਕੋਈ ਦਵਾ ਕਰਨੇ ਆ ਲੇਕਿਨ ਇੱਕ ਕੌਮੀ ਹੀਰੋ ਜਿਹੜਾ ਸੀ ਸਾਡਾ ਅਬਦੁੱਲਾ ਪੱਟੀ ਦੁੱਲਾ ਪੱਟੀ ਉਹਦੀ ਇੱਥੇ ਸ਼ਯਾਨੇ ਸ਼ਾਨ ਦਰਬਾਰ ਜਿਹੜਾ ਉਹ ਹੁਣ ਵੀ ਅਸੀਂ ਕਵਾਂਗੇ ਕਿ ਉਹ ਦਰਬਾਰ ਇੱਥੇ ਬੰਨਣਾ ਚਾਹੀਦਾ ਹੈ ਇਨਸ਼ਾ ਅੱਲਾਹ ਮੌਜੂਦਾ ਜਿਹੜੀ ਗਵਰਨਮੈਂਟ ਹੈ ਮੌਜੂਦਾ ਜਿਹੜੀ ਗਵਰਨਮੈਂਟ ਹੈ ਉਹਦਾ ਦਾਵਾ ਹੈ ਕਿ ਉਹ ਪੰਜਾਬੀ ਜ਼ੁਬਾਨ ਦੇ ਵਾਸਤੇ ਪੰਜਾਬੀ ਅਦਬ ਵਾਸਤੇ ਜਿਵੇਂ ਮਰੀਮ ਨਵਾਲ ਸ਼ਰੀਫ ਸਾਹਿਬਾ ਨੇ ਕਿਹਾ ਸੀ ਕਿ ਅਸੀਂ ਹੱਕ ਅਦਾ ਕਰਾਂਗੇ ਤੇ ਇਹ ਵੀ ਇੱਕ ਪੰਜਾਬੀ ਦਾ ਹੀਰੋ ਏ ਜਿਹਦੇ ਤੇ ਪੂਰੀ ਦੁਨੀਆ ਦੇ ਵਿੱਚ ਲੋਕ ਉਹਦੀ ਬਹਾਦਰੀ ਦੇ ਕਿਸੇ ਅੱਜ ਵੀ ਸੁਣਾਉਂਦੇ ਨੇ ਅੱਜ ਅਸੀਂ ਜਿੱਥੇ ਉਨਾਂ ਦੇ ਹੱਕ ਵਿੱਚ ਦੁਆਇ ਹਾਇਰ ਕੀਤੀ ਏ ਅਸੀਂ ਇੱਥੇ ਉਹਨਾਂ ਦੀ ਜਿਹੜਾ ਫਾਤਿਹ ਆ ਪੜੀ ਏ ਸਾਡਾ ਇੱਕ ਇਸਲਾਨਾ ਇੱਕ ਉਹਨਾਂ ਦੀ ਸ਼ਹੀਦੀ ਦਿਨ ਕਿਉਂਕਿ 26 ਮਾਰਚ ਹੀ ਏ ਇਸੇ ਲਾਹੌਰ ਦੇ ਨਹਾਸ ਮਜ਼ਾਰ ਜਿਹੜਾ ਉਦੋਂ ਕੋੜਿਆਂ ਦੀ ਮੰਡੀ ਹੁੰਦਾ ਸੀ ਹੁਣ ਉਹ ਲੰਡਾ ਬਾਜ਼ਾਰ ਦਿੱਲੀ ਦਰਵਾਜ਼ੇ ਦੇ ਸਾਹਮਣੇ ਉਹ ਜਗ੍ਹਾ ਜਿੱਥੇ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਔਰ ਇੱਕ ਮਜ਼ਲੂਮ ਇਨਸਾਨ ਨੂੰ ਜਿੰਨੇ ਸਿਰਫ ਕਿਸਾਨਾਂ ਦੇ ਜਿਵੇਂ ਅੱਜ ਵੀ ਮਸਾਇਲ ਨੇ ਉਹਨੇ ਵੀ ਕਿਸਾਨਾਂ ਦੀ ਗੱਲ ਕੀਤੀ ਸੀ ਕਿ ਐਵੇਂ ਲਗਾਨ ਲਾ ਕੇ ਐਵੇਂ ਤੱਕੇ ਤੇ ਬਿਆਨੀਆਂ ਮੰਗ ਮੰਗ ਕੇ ਇੰਨੀ ਕਮਾਈ ਨਹੀਂ ਹੁੰਦੀ ਜਿਵੇਂ ਉਹਨਾਂ ਦੇ ਫਿਰ ਡੰਗਰ ਲੈ ਜਾਣਾ ਉਹਨਾਂ ਦਾ ਸਾਰਾ ਦਾਣਾ ਫੱਕਾ ਲੈ ਜਾਣਾ ਸਾਲ ਦੀ ਤੇ ਇਹ ਉਸ ਵੇਲੇ ਦੀ ਵੀ ਸਰਕਾਰ ਨੂੰ ਕਬੂਲ ਨਹੀਂ ਸੀ ਹੋਇਆ ਤੇ ਇਹ ਇੱਕ ਅਜ਼ਮਤ ਅਬਦੁੱਲਾ ਪੱਟੀ ਯਾਦੁੱਲਾ ਪੱਟੀ ਕੇ ਉਹਨਾਂ ਦੇ ਖਾਨਦਾਨ ਦੇ ਤਿੰਨ ਪੀੜੀਆਂ ਨੇ ਕੁਰਬਾਨੀ ਦਿੱਤੀ ਇਹ ਕਿਸੇ ਇੱਕ ਨੇ ਨਹੀਂ ਦਿੱਤੀ ਯਾਨੀ ਉਹਨਾਂ ਦੇ ਬਾਪ ਮੀਆਂ ਯਾ ਰਾਇ ਵੀ ਕਹਿੰਨੇ ਆ ਸੀ ਫਰੀਦ ਪੱਟੀ ਸਾਹਿਬ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਉਹਨਾਂ ਦੇ ਦੁੱਲਾ ਪੱਟੀ ਦੇ ਦਾਦਾ ਜਿਨ੍ਹਾਂ ਦੇ ਨਾਂ ਤੇ ਸੰਦਲਬਾਰ ਹੈ ਉਂਝ ਭਾਵੇਂ ਉਹਨਾਂ ਦਾ ਨਾਂ ਬੀਜਲ ਪੱਟੀ ਸੀ ਉਹਨਾਂ ਨੂੰ ਸ਼ਹੀਦ ਕਰਕੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਸ਼ਾਈ ਕਿਲੇ ਦੇ ਉੱਤੇ ਟੰਗ ਦਿੱਤੀਆਂ ਗਈਆਂ ਕਿ ਅੱਗੇ ਤੋਂ ਕੋਈ ਗਵਰਨਮੈਂਟ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਨਾ ਬੋਲੇ ਇਹ ਇੱਕ ਜ਼ੁਲਮ ਹੁੰਦਾ ਹੈ ਤੇ ਫਿਰ ਵੀ ਉਹ ਬਹਾਦਰ ਸੂਰਮਾ ਆਪਣੇ ਲੋਕਾਂ ਲਈ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉੱਨਾਂ ਚੁੱਕੀ ਤੇ ਅਸੀਂ ਜਿੱਥੇ ਤੁਸੀਂ ਤਸ਼ਰੀਫ ਲਿਆਏ ਹੋ ਸਾਰੇ ਸਾਰੇ ਜਿਹੜੇ ਸਾਡੇ ਆਸੋਰ ਤੇ ਇਸ ਹੰਦਾਨ ਤੋਂ ਤਲਕ ਰੱਖਦੇ ਨੇ ਰਾਏ ਇਕਬਾਲ ਸਾਹਿਬ ਇਕਬਾਲ ਪੱਟੀ ਸਾਹਿਬ ਨਵਾਜ਼ ਪੱਟੀ ਸਾਹਿਬ ਇਹਨਾਂ ਕੋਲ ਵੀ ਦੋ ਦੋ ਗੱਲਾਂ ਸੁਣਾਂਗੇ ਤੇ ਉਸ ਤੋਂ ਪਹਿਲਾਂ ਅਸੀਂ ਆਪਣੇ ਇੱਕ ਸ਼ਾਇਰ ਸਾਡੇ ਬਿਹਪੁਰਾ ਕੜਿਆਲ ਕਲਾ ਤੋਂ ਤਸ਼ਰੀਫ ਲੈ ਆਏ ਨੇ ਜਵੇਦ ਪੰਚੀ ਸਾਹਿਬ ਇਹ ਦੋ ਗੱਲਾਂ ਕਰਕੇ ਆਪਣੀਆਂ ਦੋ ਚਾਰ ਬੋਲੀਆਂ ਜਿਹੜੀਆਂ ਇਹਨਾਂ ਖਾਸ ਤੌਰ ਤੇ ਦੁੱਲੇ ਪੱਟੀ ਦੇ ਹੱਕ ਵਿੱਚ ਲਹੀਆਂ ਨੇ ਇਹ ਤੁਹਾਨੂੰ ਸੁਣਾਉਣ ਦੇਣ ਸੋ ਜੀ ਨੋ ਮਿੱਤਰੋ ਅੱਜ ਅਸੀਂ ਪੰਜਾਬੀ ਸੂਰਮੇ حضرت ਦੁੱਲਾ ਪੱਟੀ ਜੀ ਉਹਨਾਂ ਦੇ ਮਜ਼ਾਰ ਅਖਦਸ ਤੇ ਹਾਜ਼ਰ ਹਾਂ ਅਸੀਂ ਹਰ ਸਾਲ 26 ਮਾਰਚ ਨੂੰ ਹੀ ਚੋਕੇ ਉਹਨਾਂ ਦਾ ਉਹ ਦਿਹਾੜੇ ਜਿਸ ਦਿਨ ਉਹਨਾਂ ਨੂੰ ਇੱਥੇ ਸਰਕਾਰ ਨੇ ਇਸ ਪਦਾਸ਼ ਵਿੱਚ ਫਾਇਲਾ ਦਿੱਤਾ ਕਿ ਉਹਨਾਂ ਨੇ ਆਪਣੇ ਲੋਕਾਂ ਦੀ ਗੱਲ ਕਿਉਂ ਕੀਤੀ ਆਪਣੇ ਲੋਕਾਂ ਲਈ ਆਵਾਜ਼ ਕਿਉਂ ਚੁੱਕੀ ਤੇ ਅਸੀਂ ਸਮਝਨੇ ਆ ਕਿ ਦੁੱਲਾ ਪੱਟੀ ਜੀ ਜਿਹੜੇ ਨੇ ਉਹਨਾਂ ਵਰਗਾ ਕੋਈ ਬੰਦਾ ਪਰਤ ਕੇ ਅਜਤ ਕਰੋ ਸੁਰਮਾ ਨਹੀਂ ਜੰਮਿਆ ਤੇ ਉਹਦੇ ਲਈ ਇੱਕ ਮੈਂ ਬੋਲੀ ਕਹੀ ਸੀ ਕਿ ਕੋਈ ਦੁੱਲੇ ਜਿਹਾ ਹੋਣਾ ਨਹੀਂ ਪੰਛੀਆ ਕੋਈ ਦੁੱਲੇ ਜਿਹਾ ਹੋਣਾ ਨਹੀਂ ਪੰਛੀਆ ਪੰਜਾਬ ਸਾਰਾ ਵੇਖ ਹੁਮ ਕੇ ਤੇ ਜਿਹੜਾ ਜੰਮਿਆ ਲੱਦੀ ਦੇ ਘਰ ਸੁਰਮਾ ਦੁੱਲਾ ਉਹਦਾ ਨਾਮ ਰੱਖਿਆ ਜਿਹੜਾ ਜੰਮਿਆ ਲੱਦੀ ਦੇ ਘਰ ਸੁਰਮਾ ਦੁੱਲਾ ਉਹਦਾ ਨਾਮ ਰੱਖਿਆ ਦੇਨੂ ਮਾਰਿਆ ਤੇ ਇਸ ਬੱਚੇ ਨੂੰ ਨਹੀਂ ਚੜਨਾ ਤੇ ਉਹ ਜਨਾਬ ਤੇ بیڑی ਤੇ سفر ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਰਦੇ ਸਨ ਤੇ ਕਹਿੰਦੇ ਨੇ ਕਿ ਉੱਥੇ ਹੀ ਉਸ بیڑی ਵਿੱਚ ਹੀ ਦੁੱਲੇ ਪੱਟੀ ਦਾ ਜਨਮ ਹੋਇਆ ਤੇ ਉੱਥੇ ਇਹ ਵੀ ਨਹੀਂ ਸੀ ਕਿ ਕੋਈ ਗੋੜੀ ਜਾਂ ਜਿਵੇਂ ਹੁੰਦਾ ਹੈ ਜਾਂ ਉਹਨਾਂ ਵੈਸੇ ਵੀ ਇਰਾਦਾ ਤਾਂ ਨਹੀਂ ਕੀਤਾ ਕਿ ਜਿਹੜੀ ਉਹਦੇ ਬਾਪ ਦੀ ਤਲਵਾਰ ਸੀ ਉਹ जनाब ਦੇ ਪਾਣੀ ਦੇ ਵਿੱਚ ਪਿਉਂ ਕੇ ਤੇ ਬੱਚੇ ਨੂੰ ਉਸ ਪਾਣੀ ਦੇ ਕਤਰਿਆਂ ਨਾਲ ਗੁੜਤੀ ਦਿੱਤੀ ਸੀ ਵਾ 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 ਇਹ ਇੱਕ ਸੂਰਮੇ ਦੀ ਪਦੈਸ਼ ਕਹ ਲੋ ਕਿ ਅੱਲਾਹ ਤਾਲਾ ਦੀ ਕਰੂ ਕਿ ਉਹਨੂੰ ਗੁੜਤੀ ਹੀ ਕੋਈ ਉਸ ਬਹਾਦਰੀ ਔਰ ਉਸ ਸ਼ਜਾਦ ਦੀ ਮਿਲੀ ਸੀ ਇਸ ਲਈ ਤੇ ਕਹਿੰਦੇ ਨੇ ਕਿ ਜਿਹੜੀ ਸੀ ਲੱਧੀ ਕਿ ਉਹ ਵੀ ਉਨੀ ਹੀ ਬਹਾਦਰ ਸੀ ਸਾਡੇ ਸਾਰਿਆਂ ਦੀ ਮਾਵਾ ਤੁਹਾਨੂੰ ਪਤਾ ਹੈ ਕੋ ਆਪਣੇ ਬੱਚਿਆਂ ਉੱਤੇ ਜਿਹੜਾ ਉਹ ਜਾਨ ਦਿੰਦਿਆਂ ਨੇ ਤੇ ਉਹਦੀ ਵਜਨ ਵਾਲੀ ਉਹਨੇ ਬਚਾਈ ਵੀ ਰੱਖਿਆ ਪਹਿਲਾਂ ਉਹਨੂੰ ਦੱਸਿਆ ਹੀ ਨਹੀਂ ਜਵਾਨ ਹੋਣ ਤੱਕ ਕਿ ਤੂੰ ਹੈ ਕਿਦਾ ਪੁੱਤਰ ਹੈ ਤੇ ਤੁਹਾਡੇ ਹਾਨਦਨ ਨਾਲ ਹੋਇਆ ਕੀ ਸਹੀ ਤੇ ਲੋਕ ਇਸੇ ਲਈ ਸਾਡੇ ਸ਼ਾਇਰ ਕਹਿੰਦੇ ਨੇ ਕਿ ਲੱਦੀ ਤੂੰ ਜਮਿਆਈ ਦੁੱਲਾ ਜਮਣ ਵਾਲੀਏ ਤੂੰ ਜਮਿਆਈ ਲੋਹੇ ਦੀ ਲੱਠ ਨੇ ਇਹ ਵੀ ਉਹਦੀ ਇੱਕ ਕੈ ਲੋਕ ਬਦਾਈਸ਼ੀ ਬਹਾਦਰੀ ਸੀ it's you. ਇੱਕ ਕਾਵੇ ਤੇ ਦਾ ਚਨਾ ਸ਼ੇਰ ਦਾ ਦਿਲ ਚ ਦੁਹਾਈ ਪਚ ਗਈ ਦੁਲਾ ਵੇਦਾ ਅੱਜ ਕੱਲ ਦੇ ਇਕਬਾਲ ਪੱਟੀ ਸਾਹਿਬ ਨੇ ਅਬਦੁੱਜੇ ਨਵਾਲ ਪੱਟੀ ਸਾਹਿਬ ਨੇ ਤੇ ਬੱਚੇ ਨੇ ਇਹਨਾਂ ਦੇ ਸਾਨੂੰ ਬੜੀ ਹੀ ਵਿਸ਼ੇ ਹੁੰਦੀ ਏ ਕਿ ਇਸ ਖਾਨਦਾਨ ਨੇ ਆਪਣੇ ਇਸ ਵੱਡੇ ਕੇ ਨੂੰ ਭੁੱਲਿਆ ਨਹੀਂ ਤੇ ਅੱਜ ਵੀ ਇਹ ਰਾਏ ਖਾਨਦਾਨ ਇਹ ਪੱਟੀ ਸਹਿਬਾਨ ਬੜੇ ਇhtimam ਨਾਲ ਆਉਂਦੇ ਨੇ ਤੇ ਇਸ ਕੌਮੀ ਸੂਰਮੇ ਇੱਕ ਕਮ ਜਿਹਦਾ ਜ਼ਿਕਰ ਬੜੇ ਹੀ ਪਿਆਰੇ ਤਰੀਕੇ ਨਾਲ ਕਰਦੇ ਨੇ ਅਸੀਂ ਰਾਏ ਇਕਬਾਲ ਪੱਟੀ ਸਾਹਿਬ ਨੂੰ ਦਰਹਾਸ ਕਰਨੇ ਆ ਕਿ ਉਹ ਥੋੜਾ ਜਿਹਾ ਦੁੱਲਾ ਪੱਟੀ ਦੇ ਹਾਨਦਾਨ ਦੇ ਬਾਰੇ ਕਿ ਉਹ ਕਿੰਨੇ ਭੈਣ ਭਾਈ ਸਨ ਅੱਗੂ ਫਰੇ ਹਾਨਦਾਨ ਅੱਗੇ ਵਧਿਆ ਤੇ ਕਿਵੇਂ ਇਹ ਕਿਥੇ ਕਿਥੇ ਜਾ ਵਸੇ ਤੇ ਅੱਜ ਦੀ ਪੋਜੀਸ਼ਨ ਕੀ ਏ ਰਾਏ ਇਕਬਾਲ ਪੱਟੀ ਸਾਹਿਬ ਜਿਹੜੇ ਸਾਡੇ ਟੀਵੀ ਦੇ ਐਸੇ ਸਾਮੀਨ ਵੇਖਣ ਵਾਲੇ ਨਾਜ਼ਰੀਨ ਨੇ ਉਹਨਾਂ ਨੂੰ ਸਰੋਤੇ ਤੇ ਤੇ ਸਾਰੇ ਵੇਖਣ ਵਾਲੇ ਉਹਨਾਂ ਨੂੰ ਦੱਸਣਗੇ ਕਿ ਇਸ ਹਾਨਦਾਨ ਦੀ ਤਰੀ ਹਿਸਟਰੀ ਕੀ ਹੈ ਰਾਏ ਇਕਬਾਲ ਪੱਟੀ ਸਾਹਿਬ ਦੁੱਲਾ ਬੱਟੀ ਦਾ ਖਾਨਦਾਨ ਪੰਜਾਬ ਵਿੱਚ ਇੰਡੀਆ ਬਟਨੇਰ ਤੋਂ ਇੱਥੇ ਆਇਆ ਔਰ ਉਹ ਉਸ ਵਕਤ ਚੋਂ ਕਿ ਜੰਗਲ ਦਾ ਇਲਾਕੇ ਹੁੰਦੇ ਸਨ ਜਿੱਥੇ ਹੁਣ ਪਿੰਡੀ ਬਟੀਆਂ ਸ਼ਹਿਰ ਆਬਾਦ ਹੈ ਇੱਥੇ ਇੱਕ ਪੰਜਾਬੀ ਵਿੱਚ ਅਸੀਂ ਆਨੇਆ ਭੇਡ ਸੂਈ ਪੀ ਸੀ ਔਰ ਉਹਦੇ ਦੋ ਬੱਚੇ ਸਨ ਤੇ ਉਹ ਬੱਚੇ ਪਗਿਆੜ ਜਿਹੜੇ ਨੇ ਉਹ ਉਹਨਾਂ ਨੂੰ ਬੱਚਿਆਂ ਨੂੰ ਚਾਣ ਦੀ ਕੋਸ਼ਿਸ਼ ਕਰਦੇ ਸਨ ਲੇਕਿਨ ਭੇਡ ਸਿੰਘਾ ਵਾਲੀ ਸੀ ਉਸ ਨੇ ਆਪਣੇ ਬੱਚੇ ਪਗਿਆੜਾ ਨੂੰ ਨਾ ਚਾਣ ਦਿੱਤੇ ਔਰ ਇਹ ਦੁੱਲਾ ਭੱਟੀ ਦਾ ਖਾਨਦਾਨ ਭਾਈ ਭਤੀਜੇ ਇਹ ਸਾਰਾ ਬਾ ਗੱਲ ਵੰਦੇ ਰਹਿ ਤੇ ਉਹਨਾਂ ਨੇ ਇਹ ਪਿੰਡੀ ਭਟੀਆਂ ਵਾਲੀ ਜਗਾ ਚੁਣੀ ਕਿ ਜਗਾ ਬਹੁਤ ਸਖਤ ਲਿਆਜ਼ਾ ਸੀ ਆਪਣੇ ਆ ਮਕਾਨ जगह इत्थे बनावे बटिया ने ये जगह उस वक्त हजरा जग हजरा एरिया सी बटिया ने जग हजरा एरिया लिया इत्थे आबाद हो गए जो बट्टी इत्थे आबाद हो गए उस तो बाद दुला बटी उरी अठ फरीदे अठ बेटे सन और सब तो व्डा ਉਹਨਾਂ ਦਾ ਜਿਹੜਾ ਭਾਈ ਸੀ ਉਹ ਸਲਾਰ ਭੱਟੀ ਸੀ ਜਿੰਦੇ نسل ਵਿੱਚੋਂ ਜਨਾਬ ਭੱਟੀ ਸਾਹਿਬ ਮੌਜੂਦ ਨੇ ਇੱਥੇ ਸਾਡੇ ਕੋਲ ਹੁਣ ਹੀ ਪਹੁੰਚੇ ਨੇ ਤੇ ਜਿਹੜੇ ਮੌਜੂਦਾ ਸਾਡੇ ਇਲਾਕੇ ਦੇ ਐਮਪੀਏ ਮੀਆਂ ਔਨ ਜਹਾਂਗੀਰ ਭੱਟੀ ਨੇ ਉਹ ਸਲਾਰ ਦੀ ਔਲਾਦ ਵਿੱਚੋਂ ਨੇ ਔਰ ਅਸੀਂ ਮੈਂ ਬਜ਼ਾਤੇ ਖੁਦ ਮੁਹੰਮਦ ਇਕਬਾਲ ਦੁੱਲੇ ਕੇ ਭੱਟੀ ਦੀ ਔਲਾਦ ਵਿੱਚੋਂ ਔਰ ਮੈਂ 15ਵੀਂ ਪੁਸ਼ਤ ਵਿੱਚ ਇੱਥੇ ਖੜਾ ਆਂ ਤੇ ਬਾਕੀ ਦੁੱਲੇ ਦੇ ਦੂਸਰੇ ਭਾਈ ਬਲੋਲ ਬੁੱਢਾ ਆਲਮ ਦੌਲਤ ਤਮਾਮ ਉਧਰ ਆਬਾਦ ਨੇ ਪਿੰਡੀ ਬਟੀਆਂ ਉੱਥੇ ਸਾਰੇ ਰਹਿ ਰਹਿਣ ਸਾਰੇ ਖਾਨਦਾਨ ਮੌਜੂਦ ਨੇ ਔਰ ਜਦੋਂ ਫਿਰ ਮੁਗਲੀਆ ਦੌਰ ਸੀ ਮੁਗਲੀਆ ਦੌਰ ਵਿੱਚ ਕਿਉਂਕਿ ਅਕਬਰ ਬਾਦਸ਼ਾਹ ਜਿਹੜਾ ਸੀ ਉਹ ਸਨੇ ਬਿਲਾ ਵਜਾ ਕਿਸਾਨਾਂ ਤੇ ਮਾਮਲਾ ਲਾਗੂ ਕਰ ਦਿੱਤਾ ਜਿਹਨੂੰ ਅਸੀਂ ਟਕੇ ਕਹਿੰਨੇ ਆ ਉਹ ਟਕਿਆਂ ਦੇ ਬਾਬਤ ਵਿੱਚ ਨਾਲ ਹੀ ਉਸ ਇੱਕ ਦਾਵਾ ਕਰ ਦਿੱਤਾ ਮੁਗਲੀਆ ਖਾਨਦਾਨ ਵੱਲੋਂ ਕਿ ਨਯਾ ਦੀਨ ਇਜਾਦ ਕਰ ਦਿੱਤਾ ਜਿੰਦਾ ਨਾ ਉਸ ਰਿਖਾ ਦੀਨੇ ਅਕਬਰੀ ਦੁੱਲਾ ਭੱਟੀ ਨੇ ਉਸ ਦੀਨੇ ਅਕਬਰੀ ਦੇ ਜਦੋਂ ਉਸ ਨੇ ਐਲਾਨ ਕੀਤਾ ਸ਼ਹਿਨशाह ਅਕਬਰ ਨੇ ਤੇ ਦੁੱਲਾ ਭੱਟੀ ਉੱਠ ਖੜਾ ਹੋਇਆ ਉਹਦੇ ਵਿੱਚ ਦੁੱਲਾ ਭੱਟੀ ਦੇ ਕਈ ਅਕਬਰ ਬਾਦਸ਼ਾਹ ਨਾਲ ਮਾਰ ਕੇ ਹੋਏ ਔਰ ਦੁੱਲਾ ਭੱਟੀ ਨੂੰ ਕਈ ਦਫਾ ਇਹ ਇੱਕ ਦਫਾ ਦੁੱਲਾ ਭੱਟੀ ਬਹਿਰ ਨਿਕਲਿਆ ਸੀ ਇੱਕ ਦਫਾ ਅਕਬਰ ਬਾਦਸ਼ਾਹ ਨੇ ਦੁੱਲਾ ਭੱਟੀ ਦੀ والدہ ਮਾਈ ਲੱਦੀ ਨੂੰ ਗ੍ਰਿਫਤਾਰ ਕਰਵਾਇਆ ਤੇ ਜੇਸੇ ਪਿੰਡੀ ਭਟੀਆਂ ਤੋਂ ਨਿਕਲੇ ਤੇ ਮਾਈ ਹਰਾ ਆਖਿਆ ਕਿ ਥੋੜੀ ਦੇਰ ਨੂੰ ਮੇਰੇ ਪੁੱਤਰ ਨੂੰ ਪਤਾ ਲੱਗ ਜਾਂਦਾ ਤੇ ਪਹੁੰਚ ਜਾਂਦਾ ਤੇ ਮਾਈ ਨੂੰ ਉਹਨਾਂ ਇਹ ਲਕਾਰਾਂ ਪੁੱਛਾ ਮੈਂ ਮਾਈ ਤੇਰੇ ਪੁੱਤਰ ਦੀ ਆਉਣ ਦੀ ਨਿਸ਼ਾਨੀ ਕੀ ਆਵੇ ਦੀ ਤੇ ਮਾਈ ਨੇ ਆਖਿਆ ਕਿ ਜਦੋਂ ਮੇਰਾ ਪੁੱਤਰ ਆਵੇਗਾ ਕੂਈਆਂ ਤੇ ਬਾਜ ਅਸਮਾਨ ਤੇ ਉੱਡਸਣ ਦੇ ਤੇ ਐਵੇਂ ਸਮਝਿਆ ਕਿ ਮੇਰਾ ਪੁੱਤਰ ਪਹੁੰਚ ਗਿਆ ਤੇ ਤੁਸੀਂ ਇੱਥੋਂ ਨਸ ਜਾ ਜਾਵੇ ਨਹੀਂ ਤੇ ਮਾਰੇ ਜਾਓਗੇ ਫਿਰ ਇਹ ਹੀ ਹੋਇਆ ਕਿ ਕੂਈਆਂ ਤੇ ਬਾਜ उत्त माई के उत्ते उडन लग पे और दुल्ला भट्टी चंद लम्हा पहुंच गया और लड़ाई हुई मायूरी वापस चले गए कई अकबर की काफ़ी सारी फौज न उसने जन्म वासिल किया और इस तरह फिर खानगा डोगरा लड़ाई हुई शह और दी अकबरी के खिलाफ दुल्ला भट्टी ने स्टैंड लिया के ए दीन एक ही है जरा कि अल्लाह और अल्लाह दा नबी ने कहना है वो ही दीन चलना है कोई अकबरे दीने अकबरी नहीं इस ही दुल्ला बट्टी ना अकबर बादशाह और फिर अकबर बादशाह ने दुला बट्टी गिरफ्तार करके इतेंग मंगवाया बल्कि उसने गिरफ्तार वो कहे कि तू मेन सलाम कर दे कि जो ये एरिया है ये सब तेन मैं दे देगा तेरी हुकूमत होगी लेकिन दुले बी आख्या कि सलाम मैं नहीं करना एक दफ़ा ये सलाम तो पहले उन्होंने जंगल में मुलाकात तो हुई जंगल में तो अकबर बादशाह इतना दुल्ला भट्टी तो खैफ कि कि दुल्ला भट्टी ने पूछा कि तू कौन है उस आख्या मैं अकबर बादशाह का नौकर हाँ हालांकि वह खुद दुल्ला भट्टी सी उसने दुल्ला भट्टी के सामने अपने आप नौकर साबित किया फिर जदों अपने ਤਖਤ ਤੇ ਪਹੁੰਚਿਆ ਤੇ ਉਹ ਆਖੇ ਬੈਦੁੱਲਾ ਭੱਟੀ ਨੂੰ ਸਲਾਮ ਕਰੇ ਉਹ ਦੁੱਲਾ ਭੱਟੀ ਨੇ ਆਖਿਆ ਕਿ ਮੈਂ ਹੁਣ ਇਸ ਸ਼ਖਸ ਨੂੰ ਕਦੀ ਸਲਾਮ ਨਹੀਂ ਕਰਾਂਗਾ ਕਿਉਂਕਿ ਜਦੋਂ ਇਹ ਮੇਰੇ ਸਾਹਮਣੇ ਆਇਆ ਤੇ ਇਹ ਸਾਕਿਆ ਕਿ ਮੈਂ ਦੁੱਲਾ ਭੱਟੀ ਦਾ ਨੌਕਰ ਆ ਹਾਂ ਇਹ ਸਲਾਮ ਦੀ ਕਾਤਰ ਦੁੱਲਾ ਭੱਟੀ ਜਿੱਥੇ ਬੰਦਾ ਸੀ ਤਖਤ ਤੇ ਉਸ ਨੇ ਕਮਰਾ ਬਣਵਾਇਆ ਔਰ ਉਹਨੂੰ ਦਰਵਾਜ਼ਾ ਬੰਦ ਕਰਾ ਦਿੱਤਾ ਤੇ ਇੱਕ ਛੋਟੀ ਜੀ ਬਾਰੀ ਰੱਖੀ ਕਿ ਦੁੱਲਾ ਭੱਟੀ ਝੁੱਕ ਕੇ ਜਦੋਂ ਇਸ ਬਾਰੀ ਵਿੱਚੋਂ दरबार गया, गया। ले। लेकिन दुला बट्टी ने इस दे कि सिर दे उस शेर पुत्र ने फरीद दे शेर बहादुर बेटे ने लत्त पहले गुजार और सलाम ना किता ਔਰ ਉੰਦੀ ਆਮਰੀਤ ਨੂੰ ਨਾ ਮੰਨਿਆ ਔਰ ਦੁੱਲਾ ਪੱਟੀ ਨੇ ਆਖਿਆ ਕਿ ਮੈਂ ਇਹ ਦੀਨੇ ਅਕਬਰੀ ਤੇਰੇਨ ਕਦੀ ਨਹੀਂ ਮੰਨਾਗਾ ਔਰ ਨਾ ਤੈਨੂੰ ਕੋਈ ਮਾਮਲਾ ਦੇਵਾਂਗਾ ਕਿਉਂਕਿ ਤੂੰ دین ਤੋਂ ਹਟ ਗਿਆ ਅਗਰ ਤੂੰ ਦੀਨ ਤੇ ਹੁੰਦੇ ਤਾਂ ਤੈਨੂੰ ਮਾਮਲਾ ਵੀ ਦੇ ਦਿਆ ਹਣਾ ਸੀ ਸ਼ਿਹਾਜ਼ ਅਹਿਮਦ ਖਾਨ ਸਾਹਿਬ ਐਡਵੋਕੇਟ ਸਾਹਿਬ ਇਹ ਵੀ ਇਸ ਆਂਧਾਨ ਵਾਲੀ ਤਲਕੇ ਇਨਾਂ ਦਾ ਤੇ ਇਹ ਹੁਣ ਆਪਣੇ ਵੱਲੋਂ ਦੁੱਲਾ ਪੱਟੀ ਦੀ ਜਿਦਾਰੀ ਬੇਮਿਸਾਲ ਬਹਾਦਰੀ ਦੀ ਕੋਈ ਗੱਲ ਕਰਨਗੇ ਸਾਡੇ ਨਾਲ लो जी शिबाशाह रहीम दुला बट्टी इस पूरे खिते बरे सगीर मजामत का एक इशतहारा बन गया जदों उन्हें ज़ालम हुकमरान के सामने ਕਲਮਾਏ ਹੱਕ ਬੁਲੰਦ ਕੀਤਾ ਅਤੇ ਉਹਦੀ ਨਾਜਾਇਜ਼ ਮਤਲਬਾਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਵਾਹ। ਦੁੱਲੇ ਭੱਟੀ ਅੱਜ ਵੀ ਜਿਹੜੀ ਵੀ ਮਜ਼ਹਮਤ ਦੀ ਤਹਿਰੀਕਾਂ ਚੱਲਦੀਆਂ ਨੇ ਉਹਦੇ ਵਿੱਚ ਦੁੱਲੇ ਭੱਟੀ ਦੀ ਮਿਸਾਲ ਦਿੱਤੀ ਜਾਂਦੀ ਏ ਕਿ ਜਦੋਂ ਉਸ ਵਕਤ ਦੇ ਹੁਕਮਰਾਨਾਂ ਨੇ ਆਵਾਮ ਦੇ ਖਿਲਾਫ ਫੈਸਲੇ ਕਰਨੇ ਸ਼ੁਰੂ ਕੀਤੇ ਉਹਨਾਂ ਤੇ ਉਹ ਆਬ ਕਬਿਆਨਾ ਔਰ ਟੈਕਸ ਲਗਾਣਾ ਜਿਹਨੂੰ ਅੱਜ ਕੱਲ ਅਸੀਂ ਟੈਕਸ ਕਹਿੰਦੇ ਆ ਤੇ ਦੁੱਲੇ ਬੱਟੀ ਨੇ ਅਲਲ ਐਲਾਨ ਔਰ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਗਰੀਬ ਕਿਸਾਨਾਂ ਦਾ ਹੀਰੋ ਬਣ ਗਿਆ ਔਰ ਉਹਨੇ ਉਸ ਵਕਤ ਜੰਗਾਂ ਲੜੀਆਂ ਵਕਤ ਦੇ ਹੁਕਮਰਾਨਾਂ ਦੇ ਖਿਲਾਫ ਔਰ ਉਹਨਾਂ ਨੂੰ ਸ਼ਿਕਾਇਤ ਦਿੱਤੀ ਔਰ ਇਹ ਸੱਚਾਈ ਦੀ ਫਤਾ ਸੀ ਔਰ ਉਹਨੇ ਇਹ ਉਸ ਵਕਤ ਵੀ ਸਾਬਤ ਕੀਤਾ ਕਿ ਜਿਹੜਾ ਸੱਚਾ ਹੋਏਗਾ ਹੱਕ ਤੇ ਹੋਏਗਾ ਅੱਲਾਹ ਦੀ ਮਦਦ ਉਹਦੇ ਨਾਲ ਹੋਏਗੀ ਉਸ ਤੋਂ ਬਾਅਦ ਦੀਨੇ ਅਕਬਰੀ ਦਾ ਜਦੋਂ ਐਲਾਨ ਹੋਇਆ ਉਦੋਂ ਵੀ ਬੜੇ ਸਖੀਰੇ ਜਿਹੜੀ ਸਭ ਤੋਂ ਮਜ਼ਬੂਤ ਔਰ ਮؤਸਰ ਤਹਿਰੀਕ ਚੱਲੀ ਉਹਦੇ ਵਿੱਚ ਦੁੱਲਾ ਬੱਟੀ ਦੀ ਕਿਆਦਤ ਚੱਲੀ ਔਰ ਉਹਨੇ ਉਸ ਚੀਜ਼ ਨੂੰ ਅੱਜ ਵੀ ਅਸੀਂ ਦੁੱਲਾ ਬੱਟੀ ਨੂੰ ਖਰਾਜ ਤਹਿਸੀਮ ਪੇਸ਼ ਕਰਨੇ ਆ ਔਰ ਉਹਨਾਂ ਨੂੰ ਉਹਨਾਂ ਦੀ ਖਿਦਮਤ ਦਾ ਇਤਰਾਫ ਕਰਨੇ ਆ ਔਰ ਅੱਲਾਹ ਤਾਲਾ ਤੋਂ ਦੁਆ ਕਰਨੇ ਆ ਅੱਲਾਹ ਤਾਲਾ ਉਹਨਾਂ ਦੀ ਕਬਰ ਨੂੰ ਨੂਰ ਨਾਲ ਭਰੇ ਉਹਨਾਂ ਦੇ ਦਰਜਾਤ ਨੂੰ ਬੁਲੰਦ ਕਰੇ ਔਰ ਉਹਨਾਂ ਦੀ ਇਹ نسل ਦੇ ਸਾਰੇ ਲੋਕ ਅੱਜ ਵੀ 15 15 16 16 ਪੁਸ਼ਤਾਂ ਦੇ ਬਾਅਦ ਵੀ ਅੱਜ ਉਹਨਾਂ ਦੀ ਜਿੰਦਾਦਿਲੀ ਹੈ ਕਿ ਉਹਨਾਂ ਨੇ ਆਪਣੇ ਅਬਾਓ ਜਦਾਦ ਨੂੰ ਯਾਦ ਰੱਖਿਆ ਅੱਜ ਉਹਨਾਂ ਦੇ ਵਰਸੀ ਦੇ ਮੌਕੇ ਤੇ ਸਾਰੇ ਅਸੀਂ ਇੱਥੇ ਆਏ ਆਂ ਤੇ ਇਨਸ਼ਾਅੱਲਾ ਕਿਆਮਤ ਤਾਈਂ ਜ਼ਿੰਦਾ ਲੋਕ ਜ਼ਿੰਦਾ ਹੀ ਰਹਿੰਦੇ ਨੇ ਕਬਰੇ ਜਾਣ ਨਾਲ ਕੋਈ ਨਹੀਂ ਮਰਦਾ ਜੇ ਅਮਲ ਮਰਨ ਵਾਲੇ ਨਾ ਕਰੀਏ ਤੇ ਦੁੱਲਾ ਬੱਟੀ ਆਪਣੇ ਅਮਲਾਂ ਨਾਲ ਅਮਰ ਹੈ ਤੇ ਜ਼ਿੰਦਾ ਹੈ ਜੀ ਜਿਵੇਂ حضرت ਬੁੱਲੇ ਸ਼ਾਹ ਸਰਕਾਰ ਨੇ ਫਰਮਾਇਆ ਸੀ ਕਿ ਬੁੱਲਾ ਆਸਾਂ ਮਰਨਾ ਨਹੀਂ ਗੋਰ ਪਿਆ ਕੋਈ ਹੋਰ ਤੇ ਐਵੇਂ ਹੀ ਦੁੱਲਾ ਪੱਟੀ ਜੀ ਦੀ ਸ਼ਖਸੀਅਤ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਅੱਜ ਤੋਂ 6 ਸਦੀਆਂ ਪਹਿਲੇ ਇਸ ਦੁਨੀਆ ਤੋਂ ਟੁਰ ਗਿਆ ਲੇਕਿਨ ਸਾਡੇ ਨਾਲ ਰਹਿਣ ਅੱਜ ਵੀ ਉਹ ਇਸ ਦੁਨੀਆ ਵਿੱਚ ਸਾਡੇ ਨਾਲ ਮੌਜੂਦ ਨੇ ਥਾਂ ਥਾਂ ਤੇ ਸਾਨੂੰ ਮਜ਼ਾਮਤ ਦਾ ਇਸ਼ਤਿਆਰਾ ਥਾਂ ਤੇ ਨਾਬਰੀ ਦਾ ਇਸ਼ਤਿਆਰਾ ਦੁੱਲਾ ਪੱਟੀ ਦੀ ਸ਼ਕਲ ਵਿੱਚ ਹੀ ਨਜ਼ਰ ਆਉਂਦਾ ਹੈ ਜੀ ਆਦੁੱਲਾ ਪੱਟੀ ਦਾ ਵੱਡਾ ਭਾਈ ਸਲਾਰ ਪੱਟੀ ਉਹਨਾਂ ਦੀ نسل ਵਿੱਚੋਂ ਇਹ ਜਨਾਬ ਪੱਟੀ ਸਾਹਿਬ ਈਉ ਪੱਟੀ ਸਾਹਿਬ ਇਹ ਵੀ ਦੋ ਚਾਰ ਗੱਲਾਂ ਕਰਨਗੇ ਮੈਂ ਉਹਦੇ ਵਿੱਚ ਇੱਕ ਇਜ਼ਾਫਾ ਕਰਾਂਗਾ ਕਿ ਉਹਨਾਂ ਹੁਕਮਰਾਨਾਂ ਦੇ ਦੌਰ ਦੇ ਵਿੱਚ ਜਦੋਂ ਦੁੱਲੇ ਬੱਟੀ ਨੇ ਟਕੇ ਦੇਣ ਤੋਂ ਟੈਕਸ ਨੂੰ ਟਕੇ ਆਖਿਆ ਜਾਂਦਾ ਸੀ ਉਹਦੇ ਤੋਂ ਇਨਕਾਰ ਕਰਨਾ ਤੇ ਉਹਨਾਂ ਫੜ ਕੇ ਇੱਥੇ ਲੈ ਆਉਣਾ ਤੇ ਦੁੱਲੇ ਬੱਟੀ ਨੇ ਕਹਿਣਾ ਕਿ ਮੈਂ ਟਕੇ ਦੇਣਾ ਲੇਕਿਨ ਜਦੋਂ ਫਿਰ ਵਾਪਸ ਜਾਣਾ ਤੇ ਫਿਰ ਉੱਥੇ ਜਾ ਕੇ ਇਨਕਾਰ ਕਰ ਦੇਣਾ ਉਹ ਹੁਕਮਰਾਨ ਬੜੇ ਪਰੇਸ਼ਾਨ ਹੋ ਗਏ ਕਿ ਜਦੋਂ ਅਸੀਂ ਦੁੱਲੇ ਬੱਟੀ ਨੂੰ ਇੱਥੇ ਲੈ ਕੇ ਆਉਨੇ ਆ ਤੇ ਉਦੋਂ ਕਹਿੰਦਾ ਟੈਕਸ ਦੇਣਾ ਟਕੇ ਦੇਣਾ ਲੇਕਿਨ ਜਦੋਂ ਵਾਪਸ ਜਾਂਦਾ ਹੈ ਤੇ ਫਿਰ ਕਹਿ ਦਿੰਦਾ ਕਿ ਮੈਂ ਟਕੇ ਨਹੀਂ ਦੇਣੇ ਇਹਦੀ ਵਜ੍ਹਾ ਕੀ ਏ ਇਹ ਰੋਲਾ ਕੀ ਏ ਦੇ ਵਿੱਚ ਉਹਨਾਂ ਨੇ ਫਿਰ ਸੋਚਿਆ ਉਹਨਾਂ ਨੇ ਕਿਹਾ ਕਿ ਉੱਥੋਂ ਦੀ ਮਿੱਟੀ ਲੈ ਕੇ ਆਓ ਤੇ ਦੁੱਲੇ ਬੱਟੀ ਦੇ ਥੱਲੇ ਉਹਨਾਂ ਨੇ ਮਿੱਟੀ ਰੱਖ ਕੇ ਉਹਨੂੰ ਦੁੱਲੇ ਬੱਟੇ ਨਹੀਂ ਸੀ ਪਤਾ ਕਿ ਪਿੰਡੀ ਬੱਟੀਆਂ ਦੀ ਮਿੱਟੀ ਮੇਰੇ ਥੱਲੇ ਤੇ ਦੁੱਲੇ ਬੱਟੀ ਨੂੰ ਉੱਤੇ ਖੜਾ ਕਰਕੇ ਉਹਨਾਂ ਕਿਹਾ ਕਿ ਦੁੱਲ ਓਟਕੇ ਤੁਸੀਂ ਦੇਣੇ ਨੇ ਕਿ ਨਹੀਂ ਦੇਣੇ ਦੁੱਲੇ ਬੱਟੀ ਨੇ ਕਿਹਾ ਕਿ ਮੈਂ ਟਕੇ ਨਹੀਂ ਦੇਣੇ ਮੈਂ ਇਹ ਗੱਲ ਕਰਾਂਗਾ ਕਿ ਉਹ ਜ਼ਮੀਨ ਪਿੰਡੀ ਬੱਟੀਆਂ ਵਾਲੀ ਉਹ ਐਸੀ ਜ਼ਮੀਨ ਸੀ ਕਿ ਦੁੱਲੇ ਬੱਟੀ ਨੇ ਆਪਣੀ ਜਾਨ ਨਿਸ਼ਾਵਰ ਕਰ ਛੱਡੀ ਏ ਲੇਕਿਨ ਉਹਨੇ ਹੁਕਮਰਾਨਾਂ ਦੀ ਕੋਈ ਗੱਲ ਮੰਨਨ ਤੋਂ ਇਨਕਾਰ ਕਰ ਦਿੱਤਾ ਹੈ ਔਰ ਉਹਨਾਂ ਦਾ ਜਿਹੜਾ دین ਸੀ ਫਰਜ਼ੀ دین ਆਪਣਾ ਬਣਾਇਆ دین ਸੀ ਉਹਨੂੰ ਵੀ ਮੰਨਨ ਤੋਂ ਇਨਕਾਰ ਕੀਤਾ ਬਲਕਿ ਉਸੇ دین ਦੀ ਖਾਤਰ ਇਸਲਾਮ ਦੀ ਖਾਤਰ ਉਹਨਾਂ ਨੇ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਿੱਤੀ ਲੇਕਿਨ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਦੁੱਲਾ ਭੱਟੀ ਇੱਕ ਮੁਸਲਮਾਨ ਹੈ ਔਰ ਮੁਸਲਮਾਨ ਹੀ ਰਹੇਗਾ ਇਹ ਹੁਕਮਰਾਨਾਂ ਦੇ ਜਿਹੜੇ ਇੱਕ ਖੁਦ ਸਾਖਤਾ ਦੀਨ ਇਹਨੂੰ ਕਦੀ ਵੀ ਨਹੀਂ ਇੱਥੇ ਚੱਲਣ ਦੇਵੇਗਾ ਤੇ ਮੈਂ ਮਸ਼ਕੂਰ ਹਾਂ ਦੋਸਤਾਂ ਜਿਨ੍ਹਾਂ ਨੇ ਮੈਨੂੰ ਇਹ ਦਾਵਤ ਦਿੱਤੀ ਤੇ ਮੈਂ ਆਪਣਾ ਜਿਹੜਾ ਹੈਦਰਲੇ ਬੱਟੀ ਦੇ ਬਾਰੇ ਕੱਲ੍ਹ ਕਹਿੰਦਾ ਇਹ ਜਿਹੜਾ ਕੋਈ ਮੱਲਾ ਡੇਟ ਜਗ੍ਹਾ ਸੀ ਇਹ ਆਸੀ ਜਦੋਂ ਗਵਰਨਰ ﺍﻟताफ हुसैन ਹੁੰਦਾ ਹੁੰਦਾ ਸੀ ਅਸੀਂ ਪੰਜਾਬੀ ਰਾਈਟ ਰੈਂਪ ਬੈ ਕੇ ਉਹਦੇ ਕੋਲੋਂ ਇਹਦੀ ਮਨਜ਼ੂਰੀ ਲਈ ਹੈ ਇਹ ਜਿਹੜੀਆਂ ਇੱਥੇ ਕਬਰਾਂ ਬਣੀਆਂ ਨੇ ਅਗਰ ਜੇ ਅਸੀਂ ਕੋਈ ਮੁਸਲਮਾਨ ਫਾਉਤ ਹੋ ਜਾਂਦਾ ਹੈ ਤੇ ਉਹਦਾ ਇਸ ਤਰ੍ਹਾਂ ਕਰਨੇ ਆ ਲੇਕਿਨ ਇਹ ਗੈਰ ਕਾਨੂੰਨੀ ਨੇ ਇਹ ਮਕਾਮੀ ਜਿਹੜੇ ਇੱਥੇ ਦੇ ਗੋਰਖਨ ਜਾਂ ਦੂਜੇ ਨੇ ਉਹਨਾਂ ਦੀ ਇਹ ਜ਼ਿਆਤੀ ਹੈ ਕਿ ਇਹ ਇੱਥੇ ਦਰਬਾਰ ਬਣਨ ਦੀ ਮਨਜ਼ੂਰੀ ਹੋਈ ਹੈ ਕਾਗਜ਼ਾਂ ਦੇ ਵਿੱਚ ਇਹ ਨਹੀਂ ਕਿ ਐਵੇਂ ਅਸੀਂ ਬਹਿ ਗੱਲ ਕਰਨੇ ਆ ਅਸੀਂ ਦੁਬਾਰਾ ਪੂਰ ਜ਼ੋਰ ਮਤਲਬਾ ਕਰਨੇ ਆ ਮੌਜੂਦਾ ਪੰਜਾਬ ਸਰਕਾਰ ਕੋਲੋਂ ਕਿ ਮਰੀਮ ਨਵਾਜ਼ ਨੇ ਕਿਹਾ ਕਿ ਮੈਂ ਪੰਜਾਬੀ ਦਾ ਨਾਂ ਰੋਸ਼ਨ ਕਰਾਂਗੀ ਪੰਜਾਬੀ ਪੜ੍ਹਾਵਾਂਗੀ ਤੇ ਇਹ ਸੂਰਮਾ ਵੀ ਪੰਜਾਬੀਆਂ ਦਾ ਸੂਰਮਾ ਇਹਦਾ ਹੱਕ ਬਣਦਾ ਕਿ ਪੂਰੇ ਪੰਜਾਬ ਨੂੰ ਪੂਰੇ ਪਾਕਿਸਤਾਨ ਨੂੰ ਅਗਰ ਕੋਈ ਬਹਾਦਰੀ ਦਾ ਨਿਸ਼ਾਨ ਮਿਲੇ ਜਿਹਨੂੰ ਪੂਰੀ ਦੁਨੀਆ ਚ ਸਿੱਖ Hindu ਮੁਸਲਮਾਨ ਸਾਰੇ ਮੰਨਦੇ ਨੇ ਉਹ ਦੁੱਲਾ ਪੱਟੀਏ ਤੇ ਨਾਲ ਹੀ ਇਹ ਮੈਂ ਦੱਸਾਂ ਕਿ ਇਹਨੇ ਕਦੇ ਫਰਕ ਨਹੀਂ ਕੀਤਾ ਕਿਸੇ ਮذਹਬ ਦਾ ਵੀ ਯਾਨੀ ਇਹ ਜਿਹੜਾ ਸਾਡੇ ਪੰਜਾਬੀਆਂ ਦੇ ਵਿੱਚ ਇਤਿਹਾਸ ਤੌਰ ਤੇ ਸਿੱਖਾਂ ਤੇ ਹਿੰਦੂਵਾਂ ਦੇ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਉਹਦੀ ਬੁਨਿਆਦ ਵੀ ਦੁੱਲਾ ਪੱਟੀ ਏ ਹੋਇਆ ਏ ਕਿ ਦੋ ਬੱਚੀਆਂ ਹਿੰਦੂ ਸੁੰਦਰੀ ਤੇ ਮੁੰਦਰੀ ਉਹ ਮਕਾਮੀ ਕੋ ਲੰਬੜਦਾਰ ਸੀ ਕਿਸੇ ਪਿੰਡ ਦਾ ਉਹਨੇ ਬੁਰੀ ਨਜ਼ਰ ਰੱਖੀ ਤੇ ਚੁੱਕ ਲਿਆ ਉਹਨਾਂ ਨੂੰ ਚਲੋ ਜਿਹੜਾ ਵੀ ਸੀ ਤੇ ਉਹਨਾਂ ਇਹ ਨਹੀਂ ਵੇਖਿਆ ਕਿ ਇਹਦਾ ਕਿਸ ਮਜ਼ਬ ਨਾਲ تعلق ਏ ਤੇ ਬੱਚੀਆਂ ਕਿਸ ਮਜ਼ਬ ਦੀਆਂ ਨੇ ਉਹਨਾਂ ਜਾ ਕੇ ਉਹਨਾਂ ਨੂੰ ਮਾਰਿਆ ਉਹਨਾਂ ਸਰਦਾਰਾਂ ਨੂੰ ਭਾਵੇਂ ਉਹ ਮੁਸਲਮਾਨ ਸਨ ਜਾਂ ਜਿਹੜੇ ਵੀ ਮਜ਼ਮ ਨਾਲ ਤਲਕ ਰੱਖਦੇ ਸਨ ਔਰ ਉਹ ਬੱਚੀਆਂ ਦਾ ਉਹਨਾਂ ਦੇ ਹੀ ਖਾਨਦਾਨ ਜਿੱਥੇ ਵੀ ਉਹਨਾਂ ਦੇ ਵਾਲਦੈਨ ਨੇ ਚਾਹੇ ਉੱਥੇ ਸ਼ਾਦੀ ਕੀਤੀ ਅੱਜ ਵੀ ਪੂਰੀ ਦੁਨੀਆ 'ਚ ਲੋਹੜੀ ਦਾ ਤਿਹਵਾਰ ਮਨਾਇਆ ਜਾਂਦਾ ਹੈ ਤੇ ਉੱਥੇ ਇਹ ਗੀਤ ਗਾਇਆ ਜਾਂਦਾ ਨੀ ਸੁੰਦਰ ਮੁੰਦਰੀਏ ਨੀ ਤੇਰਾ ਕੌਣ ਵਿਚਾਰਾ ਨੀ ਸੁੰਦਰ ਮੁੰਦਰੀਏ ਨੀ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਪੱਟੀ ਧੀ ਵਿਆਈ ਸੇਰ ਸ਼ੱਕਰ ਪਾਈ ਯਾਨੀ ਅੱਜ ਵੀ ਉਸ ਤਹਿਵਾਰ ਦੇ ਸ਼ੱਕਰ ਵੰਡੀ ਜਾਂਦੀ ਹੈ ਔਰ ਬੜਾ ਇੱਕ ਆਲਮੀ ਕਿਸਮ ਦਾ ਤਹਿਵਾਰ ਹੈ ਤੇ ਅਸੀਂ ਸਾਰੇ ਹੀ ਦੋਸਤਾਂ ਸਾਰੇ ਹੀ ਬਜ਼ੁਰਗਾਂ ਸਾਰੇ ਹੀ ਆਪਣੀ ਅਗਲੀ نسل ਨੂੰ ਵੀ ਇਹ ਹਾਸ ਤੌਰ ਤੇ ਮਹੱਤਵਾਂ ਕਿ ਇਹ ਤਰੀਹ ਭੁੱਲੀ ਨਹੀਂ ਜੇਦਾਰੀ ਦੀ ਤਰੀਹ ਹੈ ਇਸ ਮਿੱਟੀ ਦੀ ਤਰੀਹ ਹੈ ਪੰਜਾਬੀ ਜ਼ੁਬਾਨ ਨਾਲ ਪਿਆਰ ਕਰਨ ਦੀ ਤਰੀਹ ਹੈ ਔਰ ਸਾਡੀ ਇੱਕ ਹੋਰ ਡਿਮਾਂਡ ਹੈ ਬੜੀ ਵੱਡੀ ਕਿ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ ਪ੍ਰਾਇਮਰੀ ਤੋਂ ਲੈ ਕੇ ਤੇ ਗ੍ਰੈਜੂਏਸ਼ਨ ਤੱਕ ਪੰਜਾਬੀ ਪੜਾਈ ਜਾਏ ਔਰ ਉਦ ਵਿੱਚ ਕੋਰਸ ਦੇ ਵਿੱਚ ਸੂਰਮਿਆਂ ਨੂੰ ਪੜਾਇਆ ਜਾਏ ਇਹ ਨਹੀਂ ਕਿ ਹੁਣ ਜਿਹੜਾ ਤੁਸੀਂ ਪੜਦੇ ਹੋ ਉਥੇ ਕੋਈ ਕਿਸੇ ਹੋਰ ਧਰਤੀਆਂ ਦੇ ਸੂਰਮਿਆਂ ਦੀ ਗੱਲ ਹੁੰਦੀ ਹੈ ਕਦੇ ਵੀ ਪੰਜਾਬੀ ਜਿਹੜੇ ਇੱਥੇ ਜੰਮੇ ਔਰ ਜਿਨ੍ਹਾਂ ਪੰਜਾਬ ਵਾਸਤੇ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੀ ਤਾਰੀਖ ਨਹੀਂ ਸਾਨੂੰ ਪੜ੍ਾਈ ਜਾਂਦੀ ਜਿਸ ਵਿੱਚ ਰਾਜਾ ਪੋਰਸੇ ਦੁੱਲਾ ਪਟਿਏ ਅਹਿਮਦਹਾ ਕਰਲੇ ਯਾਨੀ ਕਿ ਸਾਡੀ ਤਾਂ ਪੂਰੀ ਲਿਸਟ ਹੈ ਪੰਜਾਬੀ ਸੂਰਮਿਆਂ ਦੀ ਤੇ ਆਹਰ ਤੇ ਇੱਕ ਵਾਰੀ ਫੇਰ ਅਸੀਂ ਰਲ ਕੇ ਦੁਆਏ ਐਰ ਕਰਨੇ ਆਂ ਹੱਥ ਸਾਰੇ ਫਿਲਾਲੋ ਦੋਸਤ ਕਿ ਕਿ ਯਾ ਪਾਕ ਪਰਵਰਦੀਗਾਰ ਇਸ عظیم ਹਸਤੀ ਇਸ ਪਾਕ ਰੂਹ ਨੇ ਆਪਣੇ ਲੋਕਾਂ ਦਾ ਆਪਣੀ ਧਰਤੀ ਦਾ ਜਿਵੇਂ ਹੱਕ ਅਦਾ ਕੀਤਾ ਸਾਡੇ ਵਿੱਚ ਵੀ ਇਹ ਹਿੰਮਤ ਦੇ ਕਿ ਅਸੀਂ ਵੀ ਆਪਣੇ ਲੋਕਾਂ ਲਈ ਇਸੇ ਤਰ੍ਹਾਂ ਹੀ ਕੰਮ ਕਰ ਸਕੀਏ ਇਸੇ ਤਰ੍ਹਾਂ ਹੀ ਗੱਲਬਾਤ ਕਰ ਸਕੀਏ ਆਮੀਨ ਯਾ ਪਾਕ ਪਰਵਰਦੀਗਾਰ ਅਬਦੁੱਲਾ ਪੱਟੀ ਉਰਫ ਅਬਦੁੱਲਾ ਪੱਟੀ ਨੂੰ ਜੰਨਤ ਦੇ عظیم ترین باغات وچوں ودیا ترین باغ عطا فرما آمین یا پاک پروردگار دلہ پٹی دی روح نو کروٹ کروٹ جنت نصیب کر آمین یا پاک پروردگار انہاں دی موجودہ نسل تے اونالیاں وی نسلاں دے وچ اے شعور پیدا کر کہ او اپنے اس بزرگ دی اپنے اس وڈکے دی قدر پہچانن تے او وی انہی ہی بہادری اور جیداری نال ਆਪਣੇ ਲੋਕਾਂ ਦਾ ਇੱਕ ਤਰ੍ਹਾਂ ਨਮਾਇੰਦਗੀ ਕਰਨ ਔਰ ਵਧੀਆ ਢੰਗ ਨਾਲ ਸਾਰਿਆਂ ਦਾ ਜਿਹੜਾ ਉਹ ਵੀ ਖਿਆਲ ਰੱਖਣ ਇਤਿਹਾਸ ਤੌਰ ਤੇ ਦੁੱਲਾ ਪੱਟੀ ਦੀ ਜਿਹੜੀ ਇਹ ਤੇ ਤਰਤੀ ਹੈ ਤੇ ਸਾਰੇ ਜਿੰਨੇ ਵੀ ਵੀ ਭਾਵੇਂ ਲਾਹੌਰ ਆ ਗਏ ਨੇ ਜਾਂ ਉਥੇ ਆਬਾਦ ਨੇ ਇਹਨਾਂ ਸਾਰਿਆਂ ਦੇ ਬਾਗ ਪਰਿਵਾਰ ਹਾਂਦਾਨਾਂ ਉੱਤੇ ਆਪਣੀਆਂ ਖਸੂਸੀ ਰਹਿਮਤਾਂ ਔਰ ਬਖਸ਼ੀਆਂ ਫਰਮਾਈ ਰੱਖ ਆਮੀਨ ਯਾ پاک ਪਰਵਰਦੀگار ਸਾਨੂੰ ਸਾਰਿਆਂ ਨੂੰ ਇਹ ਹਿੰਮਤ ਤੇ ਇੱਕ ਵਲਵਲਾ عطا ਫਰਮਾ ਕਿ ਆਸੀਂ ਸਾਰੇ ਵੀ ਦੁੱਲਾ ਪੱਟੀ ਦੀ ਤਰ੍ਹਾਂ ਜ਼ਾਲਮ ਦੇ ਸਾਹਮਣੇ ਹੱਕ ਤੇ ਸੱਚ ਦੀ ਆਵਾਜ਼ ਕੱਢਣ ਔਰ ਬੋਲਣ ਤੋਂ ਆਪਣੀ ਜਾਨ ਦੀ ਹੱਦ ਤੱਕ ਵੀ ਪਰਵਾਹ ਨਾ ਕਰੀਏ ਆਮੀਨ ਸੁਮਾ ਬਹੁਤ শুকਰਿਆ ਜੀ ਬਹੁਤ ਬਹੁਤ শুকਰਿਆ ਜੀ ਤਾਲੀ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਵਿੱਚ ਅੱਜ ਜਿਹੜਾ ਅਬਦੁੱਲਾ ਭੱਟੀ ਜਿਸਨੂੰ ਦੁੱਲਾ ਭੱਟੀ ਵੀ ਕਿਹਾ ਜਾਂਦਾ ਹੈ ਉਹਦੀ ਵਰਸੀ ਮਨਾਈ ਜਾ ਰਹੀ ਹੈ ਤੇ ਸਾਡਾ ਨਾਲ ਇਸ ਲਈ ਪੰਜਾਬੀ ਤਹਿਰੀਕ ਦੇ ਬੜੇ ਸਰਗਰਮ ਪ੍ਰਧਾਨ ਅਸਲ ਵਿੱਚ ਮਜੂਨ ਨੇ ਅਲਿਆਸ ਖੁਮਨ ਜਿਹੜੇ ਕਿਸੇ ਤਾਰਫ਼ ਦੇ ਮਹਤਾਜ ਨਹੀਂ ਉਹ ਅੱਜ ਇੱਥੇ ਪਹੁੰਚੇ ਸਨ ਉਹਨਾਂ ਨੇ ਇਸ ਵਰਸੀ ਦੇ ਮੌਕੇ ਤੇ ਬਕਾਇਦਾ ਸਾਰੇ ਇੰਤਜ਼ਾਮਾਤ ਵੀ ਕੀਤੇ ਨੇ ਤੇ ਇੱਥੇ ਦੁਆਇ ਖੈਰ ਵੀ ਕੀਤੀ ਹੈ ਤੇ ਮੈਂ ਚਾਹਾਂਗਾ ਕਿ ਅਸੀਂ ਉਹਨਾਂ ਨਾਲ ਥੋੜਾ ਜਿਹਾ ਆਪਣੇ ਵਿਚਾਰ ਸਾਂਝੇ ਕਰਦੇ ਹੋਇਆ ਤੁਸੀਂ ਸਾਨੂੰ ਥੋੜਾ ਜਿਹਾ ਦੁੱਲੇ ਭੱਟੀ ਦੀ ਹਿਸਟਰੀ ਦੇ ਬਾਰੇ ਦੱਸੋ ਤੇ ਤੁਸੀਂ ਕਿੰਨੇ ਅਰਸੇ ਤੋਂ ਉਹਨਾਂ ਦੀ ਇਹ ਵਰਸੀ ਮਨਾ ਰਹੇ ਹੋ ਇਹ ਪੰਜਾਬੀ ਲਖਾਰੀਆਂ ਨੇ ਅੱਜ ਤੋਂ ਕੋਈ 40 ਸਾਲ ਪਹਿਲੇ ਇਸ ਜਗ੍ਹਾ ਤੇ ਬਿਲਕੁਲ ਇੱਕ ਨਿਸ਼ਾਨ ਜੇ ਹੀ ਹੁੰਦਾ ਸੀ ਜਿੱਥੇ ਹੁਣ ਤੁਹਾਨੂੰ ਅਕਬਰ ਦੋਲਾ ਪੱਟੀ ਦੀ ਢੇਰੀ ਨਜ਼ਰ ਆਉਂਦੀ ਏ ਉਹ ਦਰਿਆਫਤ ਕੀਤਾ ਸੀ ਉਸ ਤੋਂ ਪਹਿਲੇ ਜਿਹੜੇ ਮਕਾਮੀ ਕੁਝ ਲੋਕ ਸਨ ਜਾਂ ਉਸ ਹਾਨਦਾਨ ਦੇ ਆਉਂਦੇ ਸਨ ਤੇ ਉਹ ਵਰਸੀ ਮਨਾਉਂਦੇ ਸਨ ਜਾਂ ਉਹਦਾ ਸ਼ਹੀਦੀ ਦਿਹਾੜ ਮਨਾਉਂਦੇ ਸਨ ਲੇਕਿਨ 40 ਸਾਲ ਪਹਿਲਾਂ ਪੰਜਾਬੀ ਲਖਾਰੀਆਂ ਨੇ ਜਦੋਂ ਉਸ ਕਬਰ ਨੂੰ ਦੁਬਾਰਾ ਇੱਕ ਵਾਰੀ ਤਮੀਰ ਕੀਤਾ ਤਾਂ ਫਿਰ ਇੱਥੇ ਕੋਈ ਇੱਕ ਵਾਰੀ ਨਹੀਂ ਇਹ ਕਈ ਵਾਰੀ ਢਾਈ ਗਈ ਹੈ ਕਬਰ ਉਹਦੇ ਵਿੱਚ ਕੁਝ ਐਸੇ ਲੋਕ ਆਏ ਨੇ ਜਿਹੜੇ ਗਲਤ ਜ਼ੇਹਨ ਵਾਲੇ ਨੇ ਜਿਨ੍ਹਾਂ ਕਈ ਵਾਰੀ ਇਹਦੇ ਜਿਹੜਾ ਵੇ ਇਹ ਕਤਬਾ ਉਹਨੂੰ ਵੀ ਤੋੜਿਆ ਕਿ ਵੇਰੀ ਆਸੀਂ ਬਾਹਰ ਏਦਾਂ ਗਰ ਲਾਨੇ ਆਂ ਬੋਰਡ ਤੇ ਉਹ ਵੀ ਕਈ ਵਾਰੀ ਪੁੱਟਿਆ ਗਿਆ ਹੈ ਯਾਨੀ ਇੱਕ ਰਾਦਾ ਤਨ ਗਲਤ ਸੋਚ ਵਾਲੇ ਜਿਹੜੇ ਬੰਦੇ ਨੇ ਉਹ ਇੱਥੇ ਹਰਕਤਾਂ ਕਰਦੇ ਰਹਿੰਦੇ ਨੇ ਲੇਕਿਨ ਇਸ ਦੇ ਬਾਵਜੂਦ ਸਾਡੀ ਇਹ ਪੰਜਾਬੀ ਜ਼ੁਬਾਨ ਦੀ ਤਹਿਰੀਕ ਜਿਹੜੀ ਹੈ ਉਹ ਪੰਜਾਬੀ ਸੂਰਮਿਆਂ ਦੇ ਨਾਲ ਚੱਲਦੀ ਹੈ ਭਾਵੇਂ ਉਹ ਰਾਜਾਪੁਰੋ ਸੋਵੇ ਦੁੱਲਾ ਪੱਟੀ ਹੋਵੇ ਐਮ ਦਾਹ ਘਰਲੋ ਹੋਵੇ ਭਗਤ ਸਿੰਘ ਹੋਵੇ ਤੇ ਇਹਨਾਂ ਦੇ ਨਾਲ ਹੀ ਜਿਹੜਾ ਉਹ ਅਸੀਂ ਇਸ ਤਹਿਰੀਕ ਨੂੰ ਲੈ ਕੇ ਚੱਲਨੇ ਆਂ ਏ ਹੁਣ ਕਹਿ ਲੋ ਕਿ 40 ਸਾਲਾਂ ਤੂੰ ਤੇ ਮੈਂ ਵੇਨਾ ਪਿਆ ਕਿ مسلسل ਹਰ ਸਾਲ ਜਿਹੜੀ ਇਹ ਇਥੇ ਬੜੀ ਹੀ ਬਾਕਾਇਦਗੀ ਨਾਲ ਔਰ ਫਿਰ ਬੜਾ ਇhtimam ਦੇ ਨਾਲ ਬੜਾ ਪ੍ਰਬੰਧ ਕਰਕੇ ਲੋਕ ਇਕੱਠੇ ਹੁੰਦੇ ਨੇ ਜਿਹੜਾ ਆ ਕੇ ਫਿਰ ਦੁੱਲਾ ਪੱਟੀ ਦੀ ਇਸਟਰੀ ਥੋੜੀ ਜੀ ਦੁਰਾਈ ਜਾਂਦੀ ਏ ਉਹਦੀਆਂ ਗੱਲਾਂ ਕਿ ਕਿਵੇਂ ਉਹਨੇ ਉਸ ਵੇਲੇ ਦੇਖੋ ਅੱਜ ਵੀ ਹਿੰਦੁਸਤਾਨ ਵਿੱਚ ਪਾਕਿਸਤਾਨ ਵਿੱਚ ਕਿਸਾਨਾਂ ਦੀ ਲਹਿਰ ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਏ ਅੱਜ ਵੀ ਕਿਸਾਨਾਂ ਦੇ ਹਾਲਾਤ ਉਸੇ ਤਰ੍ਹਾਂ ਦੇ ਹੀ ਨੇ ਕਿ ਉਹਨਾਂ ਦੀ ਕਮਾਈ ਇੰਨੀ ਨਹੀਂ ਜਿੰਨਾ ਉਹਨਾਂ ਤੇ ਖਰਚੇ ਉਹਨਾਂ ਤੇ ਪਾਏ ਗਏ ਨੇ ਤੇ ਇਹ ਗਲਤ ਇੱਕ ਕਨਸੈਪਟ ਆਮ ਤੌਰ ਤੇ ਸਾਡੇ ਪੰਜਾਬੀ ਵੀ ਉਹ ਬੋਲ ਦਿੰਦੇ ਨੇ ਕਿ ਪਤਾ ਨਹੀਂ ਹੋਰੇ ਕਿ ਪਤਾੜੇ ਮਾਰਦਾ ਸੀ ਕੀ ਕਰਦਾ ਸੀ ਨਹੀਂ ਇਹਨੇ ਸੱਚੀ ਮੁੱਚੀ ਕਿਸਾਨਾਂ ਦੀ ਤਹਿਰੀਕ ਇਹ 500 ਸਾਲ ਪਹਿਲਾਂ ਚਲਾਈ ਸੀ ਔਰ ਉਹਨਾਂ ਦੇ ਹੱਕਾਂ ਲਈ ਬੋਲਿਆ ਸੀ ਇਹ ਕੋਈ ਇੱਕ ਲੁੱਟਮਾਰ ਕਰਨ ਦੀ ਇਹ ਤਹਿਰੀਕ ਨਹੀਂ ਸੀ ਇਹ ਅਗਰ ਉਹਨੇ ਲਗਾਨ ਰੋਕਿਆ ਸੀ ਤੇ ਇਸ ਵਜ੍ਹਾ ਨਾਲ ਰੋਕਿਆ ਸੀ ਅਕਬਰ ਬਾਦਸ਼ਾਹ ਦਾ ਕਿ ਉਹਨੇ ਬੰਦੋਬਸਤ ਦਾ ਇੰਤਜ਼ਾਮ ਉਸ ਵੇਲੇ ਇਸ਼ਤਮਾਲ ਰਾਜੀ ਸ਼ੁਰੂ ਕੀਤੀ ਸੀ ਤੇ ਉਸ ਵੇਲੇ ਉਹਨੇ ਜਿਹੜੀਆਂ ਜਰੀਬਾਂ ਹੁੰਦੀਆਂ ਸਨ ਨਾ ਨਪਣ ਵਾਲੀਆਂ ਜ਼ਮੀਨ ਦੀਆਂ ਉਹਨੇ ਬਦਲ ਦਿੱਤੀਆਂ ਸਨ ਸਾਰੀਆਂ ਉਹਨੇ ਬਾਸ ਦੀ ਪਹਿਲੀ ਵਾਰੀ ਇਸ ਈ ਦੇ ਵਿੱਚ ਵੱਡੀਆਂ-ਵੱਡੀਆਂ ਉਹ ਜਰੀਬਾਂ ਬਣਾਈਆਂ ਤੇ ਯਾਨੀ ਜ਼ਮੀਨ ਕਿਸੇ ਦੀ ਕਿੰਨੀ ਇਹ ਤੁਹਾਨੂੰ ਡਬਲ ਕਰ ਦੇਣਾ ਤੇ ਉਹਨਾਂ ਫਿਰ ਲਗਾਨ ਮੰਗਣਾ ਉਹਦੇ ਕੋਲੋਂ ਉਹ ਇਹਨੇ ਜੋ ਕੇ ਲੋਕ ਹੁੰਦੇ ਕੋ ਨਹੀਂ ਸਨ ਫਿਰ ਜੇ ਕੋਈ ਨਹੀਂ ਸੀ ਦੇ ਸਕਦਾ ਉਹਨਾਂ ਦਾ ਸਾਰਾ ਦਾਣਾ ਪੱਕਾ ਥਾਲ ਦਾ ਉਹ ਲੈ ਜਾਣਾ ਫਿਰ ਉਹਨਾਂ ਦੇ ਡੰਗਰ ਉਹ ਲੈ ਜਾਣੇ ਇਥੋਂ ਤੱਕ ਜਿਹੜੇ ਉਹਨਾਂ ਦੇ ਘਰਦਿਆਂ ਨੂੰ ਹੀ ਬਾਂਧਾਂ ਬਨ ਕੇ ਲੈ ਜਾਣਾ ਬਾਂਧਾਂ ਕੀ ਹੁੰਦੀਆਂ ਸਨ ਕਿ ਬੰਦਿਆਂ ਦੇ ਤੇ ਹੱਥ ਪਿੱਛੇ ਜਿਵੇਂ ਹਤਕੜੀ ਦੀ ਤਰ੍ਹਾਂ ਪਿੱਛੇ ਬਨ ਕੇ ਤੇ ਉਹ ਨਾਲ-ਨਾਲ ਘੋੜਿਆਂ ਦੇ ਜਾਂ ਊਠਾਂ ਦੇ ਪਿੱਛੇ ਟੋਰਦੇ ਸਨ ਤੇ ਜ਼ਨਾਨੀਆਂ ਨੂੰ ਵਾਲਾਂ ਤੋਂ ਫੜ ਕੇ ਨਾ ਤਾਂ ਕਾਠੀਆਂ ਨਾਲ ਬੰਨ ਦਿੰਦੇ ਸਨ ਇਹ ਬੰਦਾਂ ਹੁੰਦੀਆਂ ਸਨ ਤੇ ਦੁੱਲੇ ਪੱਟੀ ਨੇ ਕਈ ਵਾਰੀ ਬੰਦਾਂ ਛਡਾਈਆਂ ਗਰੀਬ ਕਿਸਾਨਾਂ ਨੂੰ ਔਰ ਜਿਹੜੇ ਜ਼ਾਲਮ ਔਰਤ ਲੈਣ ਆਉਂਦੇ ਸਨ ਬਿਆਨੀਏ ਉਥੇ ਮਾਲੀਆ ਉਹਨਾਂ ਨੂੰ ਦੜਾ ਦਿੰਦਾ ਸੀ ਲਗਾਨ ਲੈਣ ਵਾਲਿਆਂ ਨੂੰ ਦੜਾ ਦਿੰਦਾ ਸੀ ਤੇ ਇਹ ਚੀਜ਼ਾਂ ਐਸੀਆਂ ਸਨ ਕਿ ਇਹ ਸਿਰਫ ਇੱਕ ਜਗ੍ਹਾ ਦੀ ਸੰਦਲਬਾਰ ਦੀ ਤਹਿਰੀਕ ਨਹੀਂ ਸੀ ਰਹੀ ਇਹ ਪੂਰੇ ਪੰਜਾਬ ਦੀ ਬਣ ਗਈ ਸੀ ਇਹ ਤਹਿਰੀਕ ਤੇ ਵਕਤ ਦਾ ਕਹਿ ਲੋ ਕਿ ਉਸ ਵਕਤ ਦਾ ਇੱਕ ਤਾਨਾਸ਼ਾਹ ਇੱਕ ਡਿਕਟੇਟਰ ਸੀ ਅਕਬਰ ਬਾਦਸ਼ਾਹ ਜਿਨੇ ਦੀਨੇ ਇਲਾਹੀ ਨਾਂ ਤੇ ਵਿੱਚ ਇਲਾਹੀ ਲਿਖਿਆ ਸੀ ਲੇਕਿਨ ਉਹਦੇ ਵਿੱਚ ਫਰਜ਼ ਇਹ ਸੀ ਕਿ ਬਾਦਸ਼ਾਹ ਨੂੰ ਹਰ ਵੇਲੇ ਜਿਹੜਾ ਵੀ ਉਹਦੇ ਦਰਬਾਰ ਵਿੱਚ ਆਵੇ ਪਹਿਲਾਂ ਸਜਦਾ ਕਰੇ ਤੇ ਫਿਰ ਪਾਵੇਂ ਉਹ ਅਬੂਲ ਫਜ਼ਲ ਸੀ ਪਾਵੇਂ ਵੱਡੇ ਵੱਡੇ ਜਿਹੜੇ ਮੌਲਵੀ ਵੀ ਸਨ ਉਹ ਵੀ ਪਹਿਲਾਂ ਉਹਨੂੰ ਸਜਦਾ ਕਰਕੇ ਉਹਦੇ ਦਰਬਾਰ ਵਿੱਚ ਬਹਿੰਦੇ ਸਨ ਕੱਲਾ ਇੱਕ ਮਾਂ ਦਾ ਪੁੱਤਰ ਜੰਮਿਆ ਸੀ ਲੱਦੀ ਨੇ जिने किया सी नाम है तेरे से सलाम करना मैं ना तेरे सामने मैं सिर झुकाना उदल्ला पट्टी सी और इस खानदान दी कोई कह लो के कोई कल्ला बंदा नहीं सी उठया एदा बाप ले लो फरीद पट्टी ले लो एदा दादा बिजल पट्टी या जिदे नाम ते एड़ी संदल बार बोली जाती है ओ ओदे नाम ते वे ओ तिन नस्लां दीया कुर्बानियां ने कोई एक बंदे दी ये कुर्बानी नहीं ਤਿੰਨ نسلਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ ਫਿਰ ਇਹਦੀ ਕਹਿ ਲੋ ਕਿ ਅਜ਼ਮਤ ਨੂੰ ਸਲਾਮ ਉਸ ਵਾਲੇ ਉਸ ਵਕਤ ਦੇ ਵਲੀ ਅੱਲਾ ਸ਼ਾਹ ਹੁਸੈਨ ਨੇ ਵੀ ਕੀਤਾ ਜਿੱਦੂ ਇਹਨੂੰ ਧੱਕੇ ਜ਼ੋਰੀ ਫਾਂਸੀ ਦਾ ਐਲਾਨ ਕੀਤਾ ਤੇ ਇਹ ਜਿੱਥੇ ਲੰਡਾ ਬਾਜ਼ਾਰ ਹੈ ਲਾਹੌਰ ਦਾ ਉਦੋਂ ਇੱਥੇ ਨਹਾਸ ਮੈਦਾਨ ਹੁੰਦਾ ਸੀ ਉਹ ਇੱਕ ਘੋੜਿਆਂ ਦੀ ਮੰਡੀ ਅਸਲ ਵਿੱਚ ਹੁੰਦੀ ਸੀ ਇੱਥੇ ਪੂਰੇ ਹਿੰਦੁਸਤਾਨ ਦੇ ਘੋੜਿਆਂ ਦੀ ਸਭ ਤੋਂ ਵੱਡੀ ਮੰਡੀ ਸੀ ਤੇ ਇੱਥੇ ਉਹਨੇ ਜਾਣ ਬੁੱਝ ਕੇ ਸੂਲੀ ਗੱਡੀ ਸੀ ਉਹ ਵੀ ਉਹਨੇ ਇਸ ਲਈ ਗੱਡੀ ਸੀ ਕਿ ਜੇ ਆਹਰੀ ਲਮੇ ਵੀ ਇਹ ਮਾਫੀ ਮੰਗ ਲੈਂਦਾ ਮੈਨੂੰ ਸਲਾਮ ਕਰ ਦਿੰਦਾ ਸਿਰ ਝੁਕਾ ਦਿੰਦਾ ਦੁੱਲਾ ਪੱਟੀ ਤਾਂ ਮੈਨੂੰ ਕਮਾ ਕਿ ਭਾਈ ਇਹ ਵੀ ਗੰਦਾ ਹੋ ਗਿਆ ਤਾਂ ਮੈਂ ਇਹਨੂੰ ਮਾਫ ਕਰ ਦਿਆਂਗਾ ਨਹੀਂ ਉਹਨੇ ਸੂਲੀ ਨੂੰ ਚੁੰਮ ਕੇ ਆਪਨੇ ਗੱਲ ਵਿੱਚ ਪਾਇਆ ਤਾਂ ਉਹਨੇ ਕਿਹਾ ਕੋਈ ਬੰਦਾ ਮੇਰੇ ਗੱਲ ਵਿੱਚ ਸੂਲੀ ਨਾ ਪਾਏ ਮੈਂ ਆਪ ਪਾਨਾ ਕਿਉਂਕਿ ਮੈਂ ਹੱਕ ਸੱਚ ਤੇ ਖੜਾ ਆ ਮਾਂ ਤੇ ਇਹਦੇ ਹੱਕ ਦੇ ਵਿੱਚ ਜਿਹੜਾ ਨਾ ਉਹ ਸ਼ਾਹ ਹੁਸੈਨ ਨੇ ਵੀ ਕਿਹਾ ਸੀ ਕਿ ਤਖਤ ਨਾ ਮਿਲਦੇ ਮੰਗੇ ਵਾਲਾ ਜਿਹੜਾ ਉਹਨਾਂ ਦਾ ਸ਼ੇਰ ਹੈ ਕਿ ਉਹ ਉਹਨਾਂ ਦੇ ਵਕਤ ਦਾ ਤੇ ਮਰਾਦ ਇਹ ਵੇ ਕਿ ਜੇ ਤੁਸੀਂ ਕੋਈ ਇਨਕਲਾਬ ਲਿਆਉਣਾ ਚਾਹੁੰਦੇ ਹੋ ਤੇ ਤਰਲਿਆਂ ਨਾਲ ਨਹੀਂ ਇਨਕਲਾਬ ਆਉਂਦਾ ਉਹ ਤੁਹਾਨੂੰ ਖੋਣਾ ਪੈਂਦਾ ਹੈ ਉਹ ਤੁਹਾਨੂੰ ਲੋਕਾਂ ਦੇ ਵਿੱਚ ਗੱਲ ਕਰਨੀ ਪੈਂਦੀ ਹੈ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਜਿਵੇਂ ਦੁੱਲਾ ਪੱਟੀ ਨੇ ਜਿਹੜਾ ਉਹ ਕੀਤਾ ਸੀ ਦੂਸਰੀ ਉਹਦੀ ਬਹਾਦਰੀ ਦੇ ਨਾਲ ਇਹ ਵੀ ਗੱਲ ਏ ਵੇ ਕਿ ਉਹ ਕਿਸੇ ਧਰਮ ਨਾਲ ਕਿਸੇ ਮਜ਼ਬਬ ਦੇ ਨਾਲ ਉਹ ਨਫ਼ਰਤ ਨਹੀਂ ਸੀ ਕਰਦਾ ਉਹ ਜਿਵੇਂ ਕਿ ਬੜਾ ਮਸ਼ਹੂਰ ਸੁందਰੀ ਮੰਦਰੀ ਵਾਲਾ ਵਾਕਿਆ ਜਿਹਦੇ ਤੇ ਸਾਡਾ ਤਹਵਾਰ ਵੀ ਲੋਹੜੀ ਦਾ ਬਣਿਆ ਉਹਦੇ ਵਿੱਚ ਵੀ ਉਹਨੇ ਜਿਹੜਾ ਉਹਨੂੰ ਚੁੱਕਣ ਵਾਲੇ ਜਿਹੜੇ ਲੰਬੜਦਾਰ ਸਨ ਉਹਨਾਂ ਨੂੰ ਮਾਰਿਆ ਸੀ ਬਾਵੇਂ ਉਹਨਾਂ ਦਾ ਕਿਸੇ ਵੀ ਮੁਸਲਮਾਨ ਸਨ ਜਾਂ ਕਿਸੇ ਵੀ ਮذਮ ਨਾਲ تعلق ਕਰਦਾ ਸੀ ਉਹਨੇ ਇਹ ਨਹੀਂ ਸੀ ਪਰਵਾਹ ਕੀਤਾ ਔਰ ਉਹਨਾਂ ਕੁੜੀਆਂ ਹਿੰਦੂ ਕੁੜੀਆਂ ਦੇ ਵਿਆਹ ਉਹਨਾਂ ਦੀ ਮਰਜ਼ੀ ਨਾਲ ਜਿੱਥੇ ਉਹ ਚਾਹੁੰਦੀਆਂ ਸਨ ਉਹ ਕਰਵਾਏ ਸਨ ਇਥੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਇੱਕ ਜਿਹੜਾ ਸੂਰਮਾ ਹੁੰਦਾ ਹੈ ਉਸ ਧਰਤੀ ਤੋਂ ਜਿਹੜਾ ਸੱਚਾ ਸੁੱਚਾ ਸੂਰਮਾ ਹੁੰਦਾ ਹੈ ਉਹ ਫਿਰ ਗੱਲ ਵੀ ਲੋਕਾਂ ਦੀ ਕਰਦਾ ਉਹਨੂੰ ਫਿਰ ਕੋਈ ਕਿਸੇ ਦੀ ਪਰਵਾਹ ਨਹੀਂ ਹੁੰਦੀ ਨਾ ਉਹਨੂੰ ਆਪਣੀ ਜਾਨ ਦੀ ਪਰਵਾਹ ਹੁੰਦੀ ਹੈ ਨਾ ਉਹਨੂੰ ਕਿਸੇ ਹੋਰ ਦੀ ਪਰਵਾਹ ਹੁੰਦੀ ਏ ਤੇ ਇਸੇ ਲਈ ਸ਼ਾਇਦ ਨੇ ਕਿਹਾ ਸੀ ਕਿ ਦੁੱਲਾ ਜੰਮਣ ਵਾਲੀਏ ਜਮਿਆ ਲੋਹੇ ਦੀ ਲੱਠਨੀ ਤੇ ਇਹ ਉਹਦੀ ਬਹਾਦਰੀ ਦੀ ਉਹਦੀ ਅਜ਼ਮਤ ਦਾ ਇੱਕ ਬਹੁਤ ਵੱਡਾ ਸਬੂਤ ਸੀ ਬਹੁਤ ਬਹੁਤ ਸ਼ੁਕਰੀਆ ਐਸਐਂਜੀ ਅਲੀਆਸ ਕੋ ਮਨਸਬ ਜਿਨ੍ਹਾਂ ਨੇ ਬੜੇ ਆਪਣੇ ਵਿਚਾਰ ਸੋਨੇ ਸਾਡੇ ਨਾਲ ਸਾਂਝੇ ਕਰਦੇ ਹੋਏ ਦੁੱਲੇ ਪੱਟੇ ਦੀ ਹਿਸਟਰੀ ਤੇ ਗੱਲਬਾਤ ਕੀਤੀ ਤੇ ਮੈਨੂੰ ਸਮਝ ਆਇਆ ਕੋਮਨ ਸਾਹਿਬ ਕਿ ਅੱਜ ਵੀ ਉਹ ਤਹਿਰੀਕਾਂ ਉਸੇ ਤਰ੍ਹਾਂ ਜਾਰੀ ਨੇ ਜਿਸ ਨਾਲ ਚੜ੍ਹਦੇ ਪੰਜਾਬ 'ਚ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੀ ਤਹਿਰੀਕ ਚੱਲਦੀ ਪਈ ਹੈ ਉਹਨਾਂ ਦੀ ਵੀ ਹਾਲੇ ਤੱਕ ਸੁਣਾਈ ਨਹੀਂ ਹੋ ਰਹੀ ਹਾਲਾਂਕਿ ਪਿਛਲੇ ਦਫਾ ਵੀ ਚੱਲੀ 1 ਸਾਲ ਤੋਂ ਉੱਤੇ ਜ਼ਿਆਦਾ 1.5 ਸਾਲ ਤੱਕ ਚੱਲੀ ਤਹਿਰੀਕ ਤੇ ਉਹਨਾਂ ਨੇ ਉਹ ਹਾਲੇ ਤੱਕ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਗਏ ਸਨ ਜੋ ਉਹਨਾਂ ਨਾਲ ਉਹਨਾਂ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਫੇਰ ਇੱਕ ਤਹਿਰੀਕ ਉੱਥੇ ਉੱ ਇਹ ਦਾ ਮਤਲਬ ਹੈ ਕਿ ਇਹ ਤਹਿਰੀਕਾਂ ਇਸੇ ਤਰ੍ਹਾਂ ਚਲਦੀਆਂ ਰਹਿਣੀਆਂ ਤੇ ਦੁੱਲੇ ਭੱਟੀਆਂ ਇਸੇ ਤਰ੍ਹਾਂ ਪੈਦਾ ਹੁੰਦੇ ਰਹਿਣਗੇ ਬਹੁਤ ਸੋਹਣੀ ਗੱਲ ਕੀਤੀ ਹੈ ਜੀ ਬੇਗ ਸਾਹਿਬ ਹਕੀਕਤ ਵੀ ਇਹ ਵੇ ਜਿਹੜਾ ਸਾਡਾ ਕਿਸਾਨ ਹੈ ਵਾਈ ਵਾਣੇ ਉਹ ਤਾਂ ਵਿਚਾਰਾ ਮਰ ਗਿਆ ਉਹ ਤੇ ਜਿੰਨੀ ਉਹਦੀ ਕਮਾਈ ਹੈ ਉਸ ਤੋਂ ਕਈ ਗੁਣਾ ਖਰਚੇ ਨੇ ਇਹ ਤੁਸੀਂ ਸਿਰਫ ਉਧਰ ਦੀ ਚੜ੍ਹਦੇ ਪੰਜਾਬ ਦੀ ਨਹੀਂ ਇੱਥੇ ਦੀ ਗੱਲ ਵੀ ਕਰੋ ਇੱਥੇ ਵੀ ਇਹੀ ਹਾਲ ਹੈ ਇੱਥੇ ਵੀ ਜਿਹੜਾ ਉਹਦੇ ਕਮਾਈ ਤੇ ਵਸਾਇਲ ਜਿਹੜੇ ਨੇ ਉਹ ਘਟਉਂਦੇ ਜਾ ਰਹੇ ਨੇ ਉਹਦੇ ਖਰਚੇ ਉਹਦੇ ਬੇਸ਼ੁਮਾਰ ਉਹਦੇ ਤੇ ਜਿਹੜੇ ਨੇ ਉਹ ਟੈਕਸ ਜਿਹੜੇ ਨੇ ਉਹ ਲੱਗੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਜਬੂਰ ਕਰਦੀਆਂ ਨੇ ਫਿਰ ਸਰਕਾਰਾਂ ਦਾ ਵੀ ਰਵਈਆ ਇਹ ਵੇ ਕਿ ਉਹ ਉਤੋਂ ਵਾਲੀ ਦੀ ਤੇ ਮੰਨ ਜਾਂਦੇ ਨੇ ਕਿ ਅਸੀਂ ਤੁਹਾਡੇ ਸਾਰੇ ਮਤਾਲਬات ਮੰਨ ਲੈ ਜਦੋਂ ਉਹ ਕਿਸਾਨ ਉੱਠ ਕੇ ਆ ਜਾਂਦੇ ਨੇ ਉਹ ਫਿਰ ਜਵਾਬ ਦੇ ਦਿੰਦੇ ਨੇ ਫਿਰ ਕੋਈ ਹੋਰ ਨਵਾਂ ਉਹਨਾਂ ਉਤੇ ਜਿਹੜਾ ਉਹ ਐਸਾ ਮੁੱਦਾ ਖੜਾ ਕਰ ਦਿੰਦੇ ਨੇ ਜਿਹਦੀ ਵਜ੍ਹਾ ਨਾਲ ਚੜ੍ਹਦਾ ਹੀ ਪੰਜਾਬ ਵਿੱਚ ਵੇਖ ਲਓ ਕਿ ਦੁਬਾਰਾ ਕਿਸਾਨਾਂ ਨੂੰ ਉੱਠਣਾ ਪਿਆ ਇਹ ਕੋਈ ਉਹਨਾਂ ਨੂੰ ਸ਼ੌਕ ਨਹੀਂ ਕਿ ਆਪਣੇ ਕੰਮ ਤੇ کاروبار ਛੱਡ ਕੇ ਦੁਬਾਰਾ ਦਿੱਲੀ ਵੱਲ ਜਾਣ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਵੀ ਇਸੇ ਲੈਂਦੇ ਪੰਜਾਬ ਦੇ ਵਿੱਚ ਵੀ ਇੱਥੇ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਕਿਉਂਕਿ ਜਿਹੜਾ ਉਹ ਪੰਜਾਬੀ ਕਿਸਾਨ ਹੈ ਉਹ ਅੰਨ ਦਾਤਾ ਹੈ ਯਾਨੀ ਅੰਨ ਦਿੰਦਾ ਹੈ ਦੁਨੀਆ ਨੂੰ ਉਹ ਜੋ ਾਨ ਕਮਾਂਦਾ ਜੋ ਅਨਾਜ ਉਗਾਂਦਾ ਉਹਦੀ ਵਜ੍ਹਾ ਨਾਲ ਹੀ ਦੂਜੇ ਪਾਲਦੇ ਨੇ ਛੋਟਿਆ ਜਿਹਾ ਪੰਜਾਬ ਹੈ ਉਧਰ ਸਾਡਾ ਤਾਂ ਬਹੁਤ ਵੱਡਾ ਪੰਜਾਬ ਹੈ ਨਾ ਇੱਥੇ ਤੇ ਜਿਹੜਾ ਪੰਜਾਬ ਹੈ 13 ਕਰੋੜ ਆਬਾਦੀ ਦਾ ਪੰਜਾਬ ਹੈ ਉੱਥੇ ਛੋਟਾ ਜਿਹਾ ਪੰਜਾਬ ਹੈ ਲੇਕਿਨ ਐਡੇ ਵੱਡੇ ਜਿਹੜਾ ਹਿੰਦੁਸਤਾਨ 1 ਕਰੋੜ 40 ਕਰੋੜ ਦੀ ਆਬਾਦੀ ਦਾ ਉਹਨੂੰ ਪੂਰੇ ਨੂੰ ਖਵਾਂਦਾ ਹੈ ਉਹ ਤੇ ਫਿਰ ਵੀ ਉਹਨਾਂ ਦੇ ਹੱਕਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਤੇ ਅਸੀਂ ਕਸਾਨ ਜਿੱਥੇ ਵੀ ਜਦ ਉਹ ਜਿਹਦ ਕਰਨ ਪਾਕਿਸਤਾਨ ਵਿੱਚ ਹਿੰਦੁਸਤਾਨ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅਸੀਂ ਸਾਰੇ ਉਹਨਾਂ ਦੀ ਹਮਾਇਤ ਕਰਨੇ ਆ ਤੇ ਸਰਕਾਰਾਂ ਨੂੰ ਬਹੁਤ ਹੀ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੀਆਂ ਪ੍ਰਾਈਸਸ ਜਿਹੜੀਆਂ ਨੇ ਈਡੇ ਬਿਲ ਆਈਟਮ ਯਾਨੀ ਖਾਣ ਪੀਣ ਵਾਲੀਆਂ ਸ਼ੈਵਾਂ ਦੀਆਂ ਕੀਮਤਾਂ ਇਹਨੀਆਂ ਵੱਧ ਗਈਆਂ ਨੇ ਕਿ ਮਾੜਾ ਬੰਦਾ ਨਾ ਚੀਨੀ ਲੈ ਸਕਦਾ ਨਾ ਕਣਕ ਨਾ ਆਟਾ ਨਾ ਚੌਲ ਤੇ ਇਹ ਇਸੇ وجہ ਨਾਲ ਹੋਇਆ ਕਿ ਇਹਨਾਂ ਵੱਲ ਬੇਤਿਆਨੀ ਕੀਤੀ ਗਈ ਹੈ ਤੇ ਇਹ ਕਰਦਾਰ ਦੁੱਲਾ ਪੱਟੀ ਇੱਕ ਵਾਰੀ ਫੇਰ ਜ਼ਿਆਦਾ ਤਾਕਤਵਰ ਤਰੀਕੇ ਨਾਲ ਸਾਡੇ ਸਾਹਮਣੇ ਆਉਂਦਾ ਜਦੋਂ ਸਾਨੂੰ ਪਤਾ ਲੱਗਦਾ ਕਿ 5 ਸਾਲ ਪਹਿਲਾਂ ਵੀ ਉਹਨਾਂ 500 ਸਾਲ ਪਹਿਲਾਂ ਵੀ ਉਹਨਾਂ ਕਿਸਾਨਾਂ ਦੀ ਤਹਿਰੀਕ ਚਲਾਈ ਸੀ ਔਰ ਕਾਮਯਾਬ ਤਰੀਕੇ ਨਾਲ ਚਲਾਈ ਸੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਇਹ ਸਨ ਅਲਿਆਸ ਕੁਮਨ ਸਾਹਿਬ ਜਿਨ੍ਹਾਂ ਨੇ ਬੜੇ ਸੋਹਣੇ ਵਿਚਾਰ ਸਾਂਝੇ ਕਰਦੇ ਹੋਏ ਆ ਦੋਵਾਂ ਪਾਸੇ ਦੀਆਂ ਸਰਕਾਰਾਂ ਨੂੰ ਇਹ ਮੰਗ ਕੀਤੀ ਏ ਕਿ ਕਿਸਾਨਾਂ ਦਾ ਖਿਆਲ ਰੱਖਿਆ ਜਾਏ ਔਰ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਆ ਚਾਹੇ ਵੈਦਰ ਦੇ ਹੋਣ ਭਾਵੇਂ ਚੜ੍ਹਦੇ ਹੋਣ ਦੇ ਭਾਵੇਂ ਲੈਂਦੇ ਪੰਜਾਬ ਦੇ ਹੋਣ ਤੇ ਇਹ ਬੜੀ ਸੋਹਣੀ ਗੱਲ ਏ ਕਿ ਪੰਜਾਬੀ ਪੰਜਾਬੀ ਦੇ ਨਾਲ ਖੜਾ ਹੈ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦੇ ਵਿਹਲਾ ਮੁਗ ਗਿਆ ਖਬਰ ਬਿਕਨ ਜਜ਼ਾ ਦਿਓ ਅੱਲਾ ਹਾਫਿਜ਼ ਜਾਗਤ ਜੋਤੇ ਜਪੈ ਨਿਸਬਾ ਸੁਰ ਜਗਤ ਜੋਤੇ ਜਪੈ ਨਿਸਵਾਰ ਸੁਰ